बठिंडा दी ग्रीन सिटी दी अपार सफलता तो बाद हुन पेश है कन्हैयाज ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे, लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 8556002064 अते 85560 0 71। शमादान प्रोग्राम शमादान दे विच तुहाडा स्वागत है। वाशिंगटन फ्रेट सर्विस सैटल इन्हां नूं ऑनर ऑपरेटर ते ड्राइवर चाहिए ने जी, तुहाडी सहूलत दे लई पंजाबी च डिस्पैच करदे ने, हर रोज़ाना काम करके वापस परत सकदे हो। लोकल सैटल एरिए च काम दित्ता जांदा है 206-354-4060। जगदेव सिंह संधू होरां दा नंबर नोट कर लो जी 253-266-6924। बेकरसफील्ड एरिया दे विच बिजली दे बिल जीरो किदां करने आ तां इक्को इक नां जतिंदर सिंह तूर, इन्हां नाल संपर्क करो 6617541722 ते। सिद्धू ट्रक लाइन वाले कुलवंत सिंह सिद्धू नूं सोलो ते टीम ड्राइवर चाहिए ने जी, संपर्क करो 6616671188। जे एंड एच एक्सप्रैक्स वाले मनमोहन धालीवाल हो रही जिहड़े ओनर ओपरेटर ते ड्राइवर की इन्हां नूं लोड़ है, सैटल एरिए दे विच लोकल काम दिंदे ने, वाशिंगटन दे विच तुसीं इन्हां नाल संपर्क कर सकते हो 206-550-0088 दे उत्ते। ते पंजाबी ते इंग्लिश च ये डिस्पैच करदे ने। मेरे नाल सरदार जसवीर सिंह पट्टी जुड़ गए ने। पट्टी साहब सत श्री अकाल। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੇ ਦਾ ਜਰਨੈਲ ਕਹਿੰਦੇ ਜੀ ਸੰਕਟ ਚ ਕਹੋ ਹੈ, ਜਰਨੈਲੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤੇ ਉਧਰ ਜਿਹੜੇ ਅਕਾਲੀ ਨੇ ਉਹ ਬੀਜੇਪੀ ਵਾਲਿਆਂ ਦੇ, ਅੱਜ ਆ ਰਹੀ ਹੈ ਵੀਡੀਓ ਕਿ ਕੱਲ ਜਿਹੜੀ ਤੂੰ ਤੂੰ ਮੈਂ ਮੈਂ ਹੋਈ ਹੈ ਇਹਨਾਂ ਦੀ, ਗਾਲੋ ਗਾਲੀ ਹੋਏ ਨੇ ਬੜੇ ਪਿਆਰ ਨਾਲ, ਹੈਂਜੀ, ਤੇ ਉਹ ਕਾਲਸ ਥੋਪੀ ਜਾ ਰਹੀ ਹੈ ਬੀਜੇਪੀ ਦੇ ਦਫ਼ਤਰਾਂ ਦੇ ਬੋਰਡਾਂ ਦੇ। ਜਿਹੜੀ ਅਕਾਲੀਆਂ ਦੀ ਗੱਲ ਹੈ ਜੀ, ਜਿੰਨੀ ਕੁ ਵੇਖੋ ਠਰਮੇ ਨਾਲ ਕਿਸਾਨਾਂ ਨੇ ਮੂਵਮੈਂਟ ਚਲਾਈ, ਕਿਸੇ ਨੂੰ ਉਂਗਲ ਤੱਕ ਨਹੀਂ ਲਾਈ ਜੀ। ਬਰਗਾੜੀ ਮੋਰਚਾ ਲੱਗਾ ਸੀ, ਪਹਿਲਾ ਮੋਰਚਾ ਸੀ, ਭਾਵੇਂ ਉਹਨੂੰ ਕੁਝ ਖੱਟਿਆ ਨਾ ਨਹੀਂ ਖੱਟਿਆ ਉਹ ਬਾਅਦ ਦੀ ਗੱਲ, ਲੇਕਿਨ ਉਹ ਬਿਲਕੁਲ ਸ਼ਾਂਤਮਈ ਲੱਗਾ ਤੇ ਸ਼ਾਂਤਮਈ ਖਤਮ ਹੋ ਗਿਆ ਜੀ। ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਚੱਲਦਾ ਤੇ ਬਿਲਕੁਲ ਸ਼ਾਂਤਮਈ ਚੱਲਦਾ ਵਾ, ਨਾ ਕੋਈ ਕੜਵੀ ਗੱਲ ਕਰਦਾ, ਆਪਣੀ ਮੰਗ ਤੇ ਅੜੇ ਨੇ ਕਿਸਾਨ ਵੀ, ਸਾਡੀ ਆ ਮੰਗ ਮੰਨੋ ਜੀ ਤੁਸੀਂ। ਤੇ ਜੇ ਇਹ ਅਕਾਲੀ ਇਹ ਕੰਮ ਕਰ ਰਹੇ ਆ ਤੇ ਮੈਂ ਸੋਚਦਾ ਵੀ ਇਹ ਜਾਣ ਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ, ਬਿਲਕੁਲ, ਕਿਉਂਕਿ ਜਥੇਦਾਰ ਨੇ ਕਹਿੰਦਾ ਪੰਥ ਵੱਲ ਮੁੜੋ, ਤੁਸੀਂ ਪੰਜਾਬ ਪੰਥ ਵੱਲ ਮੁੜੋ ਜੀ, ਦੱਸੋ ਤੇ ਜੇ ਤੁਸੀਂ ਪੰਥ ਵੱਲ ਮੁੜਨਾ ਤੇ ਫਿਰ ਸੁਖਬੀਰ ਸਿੰਘ ਬਾਦਲ ਨੂੰ ਅਮਰ ਛਕਾ ਕੇ ਹੱਥ ਚ 3 ਫੁੱਟੀ ਕਿਰਪਾਨ ਵੀ ਫੜਾ ਦਿਓ, ਫਿਰ ਜਿੰਨੇ ਜਹਿਰ ਦਰ ਆਏ ਤੁਸੀਂ ਜੋਗਿੰਦਰ ਸਿੰਘ ਜੈਨ ਸਾਰੇ ਲਾ ਕੇ ਉੱਥੇ ਅਮਰ ਧਰੀ ਜਿਹੜੇ ਲਾਓ, ਜੇ ਪੰਥ ਦੀ ਗੱਲ ਕਰਨੀ ਹੈ ਤੇ। ਇਸੇ ਕਰਕੇ ਅਕਾਲੀਆਂ ਦਾ ਜਿਹੜਾ ਏਜੰਡਾ ਮੇਨ ਸੀਗਾ ਵੀ ਭਾਈ ਤੁਸੀਂ ਕਿਸਾਨਾਂ ਦੀ ਹਮਾਇਤ ਤੇ ਦਿੱਲੀਓਂ ਆਪਣੀ ਜੱਦੀ ਛੱਡ ਕੇ ਆਓ ਤੇ ਕਿਸਾਨਾਂ ਦੀ ਗੱਲ ਕਰੋ ਤੇ ਕਿਸਾਨਾਂ ਨਾਲ ਤੁਰੋ ਜੀ। ਜਿਹੜਾ ਤੁਸੀਂ ਹੁਣ ਕੰਟਰੋਵਰਸੀਆ ਛੇੜਤੀ, ਕਿਉਂ ਨੀ, ਕਿਉਂ ਅੱਜ ਤੱਕ ਕਿਸੇ ਕਿਸਾਨ ਨੂੰ ਜਾ ਕਿਸੇ ਰੋੜਾ ਮਾਰਿਆ, ਕਿਸੇ ਭਾਜਪਾ ਦੇ ਘਰ ਲੀਡਰ ਦੇ ਘਰ ਨੂੰ ਜਾਂ ਦਫ਼ਤਰ ਨੂੰ, ਜੇ ਇਹ ਮਾਰਿਆ ਮਾੜੀ ਗੱਲ ਆ। ਹਾਲੀ ਕਿ ਹਰਜੀਤ ਸਿੰਘ ਗਰੇਵਾਲ ਨੇ ਆਪਣੀ ਮਾਫ਼ੀ ਵੀ ਮੰਗ ਲਈ ਵੀ ਜੇ ਜਥੇਦਾਰ ਸਾਹਿਬ ਮੇਰੀ ਗਲਤੀ ਕਰਕੇ ਮੈਨੂੰ ਕੋਈ ਤਨਖਾਹ ਲਾਉਣਗੇ ਤੇ ਮੈਂ ਹੱਥ ਜੋੜ ਕੇ ਨਮਸਕਾਰ ਕਰੀ ਭੁਗਤੂ। ਇਹਨਾਂ ਕੁਛ ਕਹਿਣ ਦੇ ਬਾਵਜੂਦ ਵੀ ਜੇ ਤੁਸੀਂ ਜਾ ਕੇ ਦਫ਼ਤਰ ਤੋੜਦੇ ਹੋ ਤੇ ਕਿੱਧਰ ਦਾ ਇਨਸਾਨੀਅਤ, ਕਿੱਧਰ ਦੀ, ਮੈਂ ਸੋਚਦਾ ਵੀ ਤੁਸੀਂ ਸਿਆਸਤ ਆ ਜੀ। ਦੂਸਰੀ ਗੱਲ ਕਰਦੇ ਆਪਾਂ ਹੁਣ ਮਜੀਠੀਆ ਸਾਹਿਬ ਦੀ ਜੀ। ਪਹਿਲੀ ਗੱਲ ਤੇ ਤੁਸੀਂ ਜਿਹੜੀ ਸੀ ਪਹਿਲਾਂ ਤੇ ਕੇਂਦਰ ਸਰਕਾਰ ਨੇ ਰਿਓੜੀਆਂ ਵਾਂਗੂ ਜਿਹੜੀ ਸਿਕਿਉਰਿਟੀ ਵੰਡੀ, ਫਲਾਣੇ ਨੂੰ ਦੇ ਦਿਓ, ਢੀਂਗਲੇ ਨੂੰ ਦੇ ਦਿਓ, ਉਂਕਲੇ ਨੂੰ ਦੇ ਦਿਓ। ਅਕਾਲੀ ਸਰਕਾਰ ਦੇ ਵਿੱਚ ਟੁੱਕਲ ਜੇ ਬੰਦੇ ਹੁੰਦੇ ਸੀ ਜਿਹੜੇ ਸਿਕਿਉਰਿਟੀ ਪਿੱਛੇ ਦੋ ਗਨਮੈਨ ਬੈਠੇ ਹੁੰਦੇ। ਨਹੀਂ ਅੱਜ ਮੈਨੂੰ ਹੋਰ ਦਿਸ ਗਿਆ ਜੀ, ਕਾਂਗਰਸ ਵੀ ਇਹੀ ਹਾਲ ਹੀ ਆ। ਮੈਨੂੰ ਕਾਂਗਰਸ ਵੀ ਹਾਲ ਕੰਪਨੀ ਕਾਲੀਆਂ ਦੇ ਤਾਂ ਕਾਲੀਆਂ ਦੇ ਸਾਨੂੰ ਪਤਾ ਇਹਨਾਂ ਨੇ ਤਾਂ ਗਾਂ ਵੀ ਵੰਡਤੀਆਂ ਸੀ ਨਾ, ਆਪਦੇ ਨਾਲ ਲਈਆਂ ਤੇ ਅਗਲੇ ਨਾਵਾਂ ਤੇ ਵੰਡਤੀਆਂ ਸੀ, ਮੇਰੇ ਕੋਲ ਵੀਡੀਓਜ਼ ਵੀ ਸੀਗੀ। ਹਾਂ ਜੀ ਜੀ ਜੀ, ਮੈਂ ਨਾ ਵੀ ਕਾਲੀਆਂ ਦੇ ਸਾਨੂੰ ਗੁੱਸਾ ਇਹ ਆਉਂਦਾ ਵੀ ਤੁਸੀਂ ਪੰਥ ਨੂੰ ਸਮਰਪਿਤ ਪਾਰਟੀ ਨੂੰ ਗੁਰੂ ਦੀ ਗੱਲ ਕਰਦੇ ਹੋ, ਤੁਸੀਂ ਇੱਕ ਧਿਰ ਦੀ ਗੱਲ ਕਰਦੇ ਹੋ, ਤੁਸੀਂ ਇਹੋ ਜਿਹੇ ਕੰਮ ਕਰਦੇ, ਬਾਕੀ ਨੂੰ ਤੁਸੀਂ ਕਿਸੇ ਔਖਾ ਹੋਗੇ।
ਕਾਂਗਰਸ ਨੂੰ ਮੰਨ ਲਿਆ ਵੀ ਤੁਸੀਂ ਪੰਜਾਬ ਵਿਰੋਧੀ ਕਾਂਗਰਸ ਸੀਗੀ, ਬੀਜੇਪੀ ਪੰਜਾਬ ਵਿਰੋਧੀ ਹੋ ਗਈ, ਸਾਨੂੰ ਕਾਹਲੀਆਂ ਤੋਂ ਆ ਸੀਗੀ ਵੀ ਤੁਸੀਂ ਪੰਜਾਬ ਦੀ ਗੱਲ ਕਰ ਸਕਦੇ ਹੋ, ਜਿਹਦੇ ਕਰਕੇ ਇਸ ਨਾਲ ਧੋਕੇ ਮਾਰਨੇ ਪਈ ਸੰਦੇਸ਼ ਕਰੋ। ਹੁਣ ਮਜੀਠੀਆ ਸਾਹਿਬ ਨੂੰ ਜਿਹੜੀ ਸਿਕਿਉਰਿਟੀ, ਜਿਹੜੀ ਸਿਕਿਉਰਿਟੀ ਕਦੋਂ ਦਿੱਤੀ ਗਈ ਜੀ, ਜਿਹੜੇ ਆਰ ਐਸ ਦੇ ਸੀਨੀਅਰ ਮੀਤ ਪ੍ਰਧਾਨ ਬ੍ਰਿਗੇਡੀਅਰ ਜਗਨੇਜਾ ਸੀ, ਜਦੋਂ ਉਹਨਾਂ ਦਾ ਮਰਡਰ ਹੋਇਆ ਸੀ, ਕੰਡੀਸ਼ਨ ਮਰਡਰ ਹੋ ਗਿਆ, ਭਾਵੇਂ ਕਿ ਉਹ ਬੰਦੇ ਸਹੀ ਫੜੇ ਗਲਤ ਫੜੇ, ਇੱਕ ਵੱਖਰਾ ਚੈਪਟਰ ਆ, ਲੋਕ ਕਹਿੰਦੇ ਬੰਦੇ ਸਹੀ ਨਹੀਂ ਫੜੇ ਗਲਤ ਫੜੇ, ਆਪਾਂ ਚ ਨਹੀਂ ਪੈਂਦੇ ਜੀ। ਉਦੋਂ ਮਜੀਠੀਆ ਸਾਹਿਬ ਨੂੰ ਜੈਡ ਪਲੱਸ ਸਿਕਿਉਰਿਟੀ ਦੇ ਦਿੱਤੀ ਜੀ। ਹੁਣ ਦੋ ਗੱਲਾਂ ਇਹਦੇ ਚ ਆਉਂਦੀਆਂ ਜੀ, ਜੀ ਪਹਿਲੀ ਗੱਲ ਤੇ ਗੁਰਦੀਪ ਸਿੰਘ ਰਾਣੋ ਜਿਹੜਾ ਉਹਦਾ ਨਾਂ ਜਿਹੜਾ ਵਾ ਭੋਲੇ ਰੈਕਟ ਨਾਲ ਜੁੜਦਾ, ਜਿਹੜਾ ਇੰਟਰਨੈਸ਼ਨਲ ਰੈਕਟ ਸੀਗਾ ਡਰੱਗ ਰੈਕਟ, ਜੇ ਉਹਦਾ ਨਾਂ ਉਹਦੇ ਨਾਲ ਜੁੜਦਾ ਵਾ ਤੇ ਫਿਰ ਸਮਝ ਲਓ ਵੀ ਫਿਰ ਭੋਲੇ ਨੇ ਨੀ ਗੱਲ ਕਹੀ ਸੀ, ਕੈਮਰੇ ਦੇ ਅੱਗੇ ਖਲੋ ਕੇ ਇੱਕ ਵਾਰੀ ਨੀ ਚਾਰ ਵਾਰੀ ਕਿਹਾ ਵੀ ਸਾਡਾ ਸਰਗਣਾ ਜਿਹੜਾ ਮਜੀਠੀਆ ਵਾ। ਦੂਸਰੀ ਚੀਜ਼ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲੈਣ ਦੀ ਇੱਕ ਜਥੇਦਾਰ ਦਾ ਬਿਆਨ ਜਿਹੜਾ ਬੀਜੇਪੀ ਦੇ ਖਿਲਾਫ਼ ਠੋਕਿਆ, ਉਹ ਪਹਿਲੀ ਸ਼ੁਰੂਆਤ ਪਹਿਲਾਂ ਮਜੀਠੀ ਤੋਂ ਸ਼ੁਰੂ ਕਰੋ, ਅਗਲੀ ਗੱਲ ਫੇਰ ਕਰਾਂਗੇ। ਤਿੰਨ ਬੰਦਿਆਂ ਕੋਲ ਸਿਕਿਉਰਿਟੀ ਸੀ, ਮੇਰੇ ਖਿਆਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ, ਸੁਖਬੀਰ ਬਾਦਲ ਕੋਲੇ ਤੇ ਮਜੀਠੀ ਕੋਲ ਜਿਹੜੇ ਪਰ ਸਿਕਿਉਰਿਟੀ ਸੀ ਜੀ, ਤੇ ਚੌਥਾ ਬੰਦਾ ਵਾ ਸਾਡੇ ਉਹ ਰਹਿੰਦਾ ਦਿੱਲੀ ਦੇ ਮੋਸਟਲੀ ਮਨਿੰਦਰਜੀਤ ਸਿੰਘ ਬਿੱਟਾ ਜੀ, ਉਹਦੀ ਨੇ ਇੱਥੇ ਸਦਵਾਈ ਕਰਤੀ ਜੱਟ ਨਹੀਂ ਹੈਗੀ। ਹੁਣ ਇੱਕਦਮ ਮਜੀਠੀਏ ਦੀ ਜਿਹੜੀ ਸਿਕਿਉਰਿਟੀ ਵਾਪਸ ਲੈਣੀ, ਰਣਿੰਦਰ ਕੋਲ ਈਡੀ ਕੋਈ ਤਰੀਕ ਭੁਗਤਣੀ, ਜਾ ਕੇ ਛੇ ਘੰਟੇ ਪੁੱਛ ਪੜਤਾਲ ਹੋਣੀ, ਇਹ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਆ ਵੀ ਮਜੀਠੀਆ ਤੇ ਕਿਸੇ ਵੇਲੇ ਵੀ ਕੋਈ ਨਾ ਕੋਈ ਗਾਜ ਡਿੱਗ ਸਕਦੀ ਆ ਜੀ। ਤੁਹਾਨੂੰ ਪਤਾ ਜਦੋਂ ਮਜੀਠੀਆ ਨੇ ਜਿੱਥੇ ਨਰਿੰਦਰ ਸਿੰਘ ਕੋਲ ਜੇ ਈਡੀ ਦਾ ਡਾਇਰੈਕਟਰ ਸੀਗਾ, ਡਿਪਟੀ ਡਾਇਰੈਕਟਰ ਤੇ ਕੋਈ ਤਰੀਕ ਭੁਗਤੀ ਸੀ, 8 ਘੰਟੇ ਪੁੱਛ ਪੜਤਾਲ ਹੋਈ ਸੀ ਤੇ ਪੂਰੀ ਸਰਦੀ ਦੇ ਵਿੱਚ ਲੋਕੀ ਠੰਡ ਠੰਡ ਕਰਦੇ ਤੇ ਬਾਹਰ ਨਿਕਲੇ ਸੀ, ਪਹਿਲਾਂ ਨਹੀਂ ਪਹਿਲਾਂ ਪਾਣੀ ਪਿਆ ਲਓ ਜੀ, ਪਹਿਲਾਂ ਮੈਨੂੰ ਪਾਣੀ 2 ਘੁੱਟ ਪਿਓ ਫਿਰ ਗੱਲ ਕਰੇ ਮੇਰੇ ਨਾਲ। ਰੰਗ ਉੱਡਿਆ ਸੀ, ਪਤਾ ਨੀ ਕਿਹੜੇ ਕਿਹੜੇ ਸਵਾਲ ਪੁੱਛੇ, ਲੇਕਿਨ ਬਾਅਦ ਚ ਪਤਾ ਲੱਗਾ ਸੀ 50 ਸਵਾਲ ਇਹੋ ਜਿਹੇ ਸੰਗੀਨ ਪੁੱਛੇ ਸੀ ਜਿਨ੍ਹਾਂ ਦਾ ਜਵਾਬ ਹੀ ਕੋਈ ਨਹੀਂ ਸੀ ਜੀ। ਉਸ ਟਾਈਮ ਤੇ ਇਹਨਾਂ ਪ੍ਰਚਾਰ ਵੀ ਕਰ ਦਿੱਤਾ ਸੀ, ਡਾਕਟਰ ਚੀਮੀ ਹੋਰਾਂ ਨੇ ਸ਼ਾਇਦ ਪ੍ਰੈਸ ਨੂੰ ਜਾਰੀ ਕਰ ਦਿੱਤਾ ਹੋਇਆ ਵੀ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਜੀ। ਲੇਕਿਨ ਅਗਲੇ ਦਿਨ ਜਿਹੜਾ ਸੀ, ਭਾਵੇਂ ਸਿੱਧੇ ਰੂਪ ਚ ਨਰਿੰਦਰ ਸਿੰਘ ਨਹੀਂ ਕਿਹਾ ਸੀ, ਲੇਕਿਨ ਉਹਨਾਂ ਦੇ ਅੰਦਰੂਨੀ ਖਾਤੇ ਪ੍ਰੈਸ ਨੇ ਜਿੱਦੀ ਮਿਲੀ ਖ਼ਬਰ ਕੱਢੀ ਸੀ, ਕਿਹਾ ਸੀ ਕੋਈ ਕਲੀਨ ਚਿੱਟ ਨਹੀਂ ਮਿਲੀ, ਉਹ ਪੈਂਡਿੰਗ ਅਜੇ ਕੰਮ ਜੀ। ਇਸ ਕਰਕੇ ਜੇ ਕਿਤੇ ਗੁਰਦੀਪ ਸਿੰਘ ਰਾਣੋ ਨਾਲ ਜੋੜ ਕੇ ਮਜੀਠੀਏ ਨੂੰ ਜੋੜਿਆ ਜਾਂਦਾ ਵਾ, ਉਹਨਾਂ ਪੁੱਛ ਪੜਤਾਲ ਹੁੰਦੀ ਆ ਤੇ ਫਿਰ ਸਮਝੋ ਜੀ ਅਕਾਲੀ ਦਲ ਦੀਆਂ ਮੁਸ਼ਕਲਾਂ ਬਹੁਤ ਸਾਰੀਆਂ ਵੱਧ ਸਕਦੀਆਂ ਜੀ। ਇੰਜ ਲੱਗਦਾ ਵੀ ਜਿਹੜੀ ਸਿਕਿਉਰਿਟੀ ਇਸ ਵੇਲੇ ਵਾਪਸ ਲਈ ਆ, ਹੁਣ ਕਹਿੰਦੇ ਜੀ ਪੰਜਾਬ ਸਰਕਾਰ ਸਿਕਿਉਰਿਟੀ ਕਰੇ, ਉਹਨੂੰ ਗੰਨਮੈਨ ਜਿਹੜੇ ਦੇਵੇ, ਉਹ ਤੇ ਚਾਚਾ ਭਤੀਜਾ ਜਿੰਨੇ ਮਰਜ਼ੀ ਹਾਂਜੀ। ਇਸ ਕਰਕੇ ਸੈਂਟਰ ਨੇ ਜਿਹੜਾ ਇਹ ਪਹਿਲਕਦਮੀ ਕੀਤੀ ਹੈ, ਇਹ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦੀ ਆ। ਜਦੋਂ ਭੋਲੇ ਨੂੰ ਫੜਨਾ ਸੀ ਨਾ, ਉਦੋਂ ਮਾਨ ਨੂੰ ਜਿਹੜਾ ਤੁਹਾਡੇ ਮਾਨਸਾ ਕੀ ਨਾਂ ਸੀ ਨਾ ਉਹਨਾਂ ਦਾ, ਮਾਨਸਾ ਜਿਹੜੇ ਐਸ ਪੀ ਸੀ ਆਈ ਜੀ ਸ਼ਾਇਦ ਕੱਲ ਜਿਹੜੇ ਉਹ ਸਿੱਟਦੇ ਇੰਚਾਰਜ ਸੀਗੇ, ਉਹ ਹਰਦਿਆਲ ਸਿੰਘ ਮਾਨ ਫਿਰੋਜ਼ਪੁਰ ਵਾਲੇ ਦੀ ਆਈ ਜੀ, ਉਹਨਾਂ ਨੇ ਪਹਿਲਾਂ ਕਹਿਤਾ ਸੀ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਇਹਦੇ ਕੋਲ ਨਾ ਆਇਆ ਕਰੋ, ਅਸੀਂ ਇੱਥੇ ਕਿਸੇ ਵੇਲੇ ਕੋਈ ਛਾਪਾ ਪਾ ਸਕਦੇ ਹਾਂ ਜੀ, ਇਹਨੂੰ ਪੰਜਾ ਮਾਰ ਸਕਦੇ ਸੀ ਕਿਸੇ ਵੇਲੇ। ਸੁਖਬੀਰ ਸਿੰਘ ਬਾਦਲ ਨੇ ਮੁਲਕ ਨੂੰ ਅਵਾਇਡ ਕਰਨਾ ਸ਼ੁਰੂ ਕਰਤਾ ਸੀਗਾ ਜੀ, ਜੇ ਉਹਦੇ ਕੋਲ ਜਾਂਦੇ ਸੀ ਤੇ ਜੇ ਕੋਈ ਮਾੜਾ ਬੰਦਾ ਢਾਡੇ ਸਾਡੇ ਵਰਗਾ ਹੁੰਦਾ ਤਾਂ ਉਹਨੂੰ ਟੰਗਿਆ ਹੋਣਾ ਸੀ ਇਹਨਾਂ ਨੇ, ਲੇਕਿਨ ਹੁਣ ਕੋਈ ਨੀ ਪੁੱਛ ਪੜਤਾਲ ਹੋ ਰਹੀ ਜੀ, ਹੁਣ ਕੋਈ ਨੀ ਕਿਸੇ ਨੂੰ ਕਹਿੰਦੇ ਕਿ ਤੂੰ ਬਈ ਇਹ ਗਲਤ ਕੀਤਾ, ਇਹ ਬੰਦੇ ਨੇ ਗਲਤ ਕੀਤਾ। ਜੇ ਆਪਾਂ ਹੁਣ ਅਕਾਲੀਆਂ ਦੀ ਆਪਾਂ ਗੱਲ ਕਰ ਲਈਏ, ਮੇਰੇ ਕੋਲ ਥੋੜੇ ਜਿਹੇ ਡਾਟੇ ਹੈਗੇ ਆ ਵੀ ਜਗਦੀਸ਼ ਭੋਲੇ ਦਾ 2013 ਦੇ ਸਕੈਂਡਲ ਹੋਇਆ ਸੀ, ਉਹ 6,000 ਕਰੋੜ ਦਾ ਸੀ ਡਰੱਗ ਦਾ ਜੀ। ਅਨਵਰ ਮਸੀਹ ਜਿਹੜਾ ਐਸ ਐਸ ਬੋਰਡ ਦਾ ਮੈਂਬਰ ਸੀਗਾ ਇਹਨੇ ਆਪਣੇ ਅਕਾਲੀ ਸਰਕਾਰ ਵਾਲੇ, ਉਸ 194 ਕਰੋੜ ਹੀਰੋ ਨੂੰ ਫੜੀ ਗਈ ਸੀ ਉਹਦੇ ਕੋਲ। ਅੱਛਾ ਜੀ। ਬਿੱਟੂ ਪੌਲਖ ਨੂੰ 2007 ਦੇ ਵਿੱਚ ਜਿਹੜਾ ਸਰਪੰਚ ਰਿਹਾ ਉਹ ਆਪਣੇ ਪਿੰਡ ਦਾ ਜੀ, ਉਹ ਵੀ ਇਸੇ ਰੈਕਟ ਭੋਲੇ ਵਾਲੇ ਰੈਕਟ ਚ ਫੜਿਆ ਗਿਆ। ਫਿਰ ਜਗਜੀਤ ਸਿੰਘ ਚਾਹ ਜਿਹੜਾ ਸੀ, ਇਹਨਾਂ ਦਾ ਬੰਦਾ ਵਿਦੇਸ਼ ਚੋਂ ਆ ਕੇ ਸਿਕਿਉਰਿਟੀ ਉਹਦੇ ਕੋਲ ਹੁੰਦੀ ਸੀ ਵਿਕਰਮ ਮਜੀਠੀਏ ਦੀ ਜੀ, ਆਹੀ ਤਾਂ ਗੱਲ ਹੈ ਨਾ ਜੀ, ਵੰਡ ਤਾਂ ਅੱਗੇ ਦਿੰਦੇ ਸੀ। ਜੀ ਜੀ ਜੀ। ਫਿਰ ਵਿਜੇ ਕੁਮਾਰ ਕੰਬੋਜ ਇੱਕ ਡੰਡੀ ਉਹਨਾਂ ਦਾ ਬੰਦਾ ਹੁੰਦਾ ਸੀਗਾ, ਉਹ ਵੀ ਫੜਿਆ ਗਿਆ ਮੇਰੇ ਨਾਲ ਆਪਣੇ ਨਸ਼ਿਆਂ ਨਾਲ ਜੀ।
ਇੱਕ ਇਹਨਾਂ ਦਾ ਹੈਗਾ ਸੀ ਮੇਰੇ ਖਿਆਲ ਸ਼ਾਇਦ ਰਾਣਾ ਰਾਣਾ ਪੰਚ ਸੀਗਾ ਕਿ ਮਹਿਲ ਸਿੰਘ ਰਾਣਾ ਸਰ ਉਹਦੇ ਕੋਲ ਡੋਡੇ ਤੇ ਭੁੱਕੀ ਫੜੀ ਗਈ ਸੀ 2013 ਦੇ ਵਿੱਚ ਤੇ ਹੁਣ ਜੇ ਗੱਲ ਕਰ ਲਈਏ ਤੇ ਇਹਨਾਂ ਗੱਲਾਂ ਸਾਰੀਆਂ ਲੈ ਕੇ ਸਾਨੂੰ ਇਸ ਕਰਕੇ ਨੀ ਅਸੀਂ ਕਹਿੰਦੇ ਕਾਂਗਰਸੀ ਬਹੁਤੇ ਗੰਦੇ ਨੇ ਕੋਈ ਚੱਕ ਵਾਲੀ ਕਹਿੰਦੇ ਉਹਨੇ ਬੰਦੇ ਕਈ ਕਈ ਗਲਤੀਆਂ ਕੀਤੀਆਂ ਇੱਕ ਨੀ ਕੀਤੀਆਂ ਅੱਜ ਵੀ ਕਰ ਰਹੇ ਨੇ ਉਹ ਲੇਕਿਨ ਅਕਾਲੀ ਦਲ ਤੇ ਇਸ ਕਰਕੇ ਹੁੰਦਾ ਤੇ ਤੁਸੀਂ ਅਕਾਲ ਤਖ਼ਤ ਤੋਂ ਤੁਹਾਡੀ ਸਿਰਜਣਾ ਕੀਤੀ ਤੁਹਾਨੂੰ ਬੰਦੇ ਵਾਲੇ ਕੰਮ ਕਰਦੇ ਇਸੇ ਕਰਕੇ ਦਾ ਇਹਨਾਂ ਦਾ ਹੈ ਇਹਨਾਂ ਦੇ ਤਾਂ ਜਿਹੜੇ ਲੀਡਰ ਸੀਗੇ ਕਾਂਗਰਸ ਦੇ ਉਹ ਤਾਂ ਆਪਦੀਆਂ ਸਿੱਕਾਂ ਫੂਕਦੇ ਹੀ ਰਹਿੰਦੇ ਸੀ ਪਿਉਂਦੇ ਰਹਿੰਦੇ ਸੀ ਬਿਲਕੁਲ ਬਿਲਕੁਲ ਉਹਨਾਂ ਨੂੰ ਤੇ ਜਿਹੜੀ ਸਜ਼ਾ ਦੇਣੀ ਉਹ ਮਿਲਣੀ ਮਿਲਣੀ ਚਾਹੀਦੀ ਹੈ ਜੋ ਕੁਛ ਉਹਨਾਂ ਕੀਤਾ ਕਾਂਗਰਸੀਆਂ ਨੇ ਉਹ ਤੇ ਭੁੱਲ ਨੀ ਸਕਦਾ ਹੈ ਨਾ ਖਾਸ ਕਰ ਸਿੱਖ ਕੌਮ ਨਹੀਂ ਭੁੱਲ ਸਕਦੀ ਜੀ ਲੇਕਿਨ ਅਕਾਲੀਆਂ ਨੇ ਇਸ ਕਰਕੇ ਵੀ ਤੁਸੀਂ ਅਕਾਲੀ ਹੋ ਕੇ ਕੰਮ ਕਰਦੇ ਹੋ ਜਿਹਨਾਂ ਨੇ ਹਮੇਸ਼ਾ ਹੀ ਜਿਹੜਾ ਕਿ ਅਸੀਂ ਪੰਥ ਜੀਵੇ ਤੇ ਮੈਂ ਮਰਾਂ ਬਿਲਕੁਲ ਜੀ ਅੱਜ ਤੁਸੀਂ ਆਪਣੀਆਂ ਜਿਹੜੀਆਂ ਉਹ ਜਿਹੜੀਆਂ ਪੋਟੜ ਗੱਡੀਆਂ 'ਚ ਸਫ਼ਰ ਕਰ ਰਹੇ ਹੋ ਤੁਸੀਂ ਮੈਂ ਤੁਹਾਨੂੰ ਅੱਗੇ ਵੀ ਗੱਲ ਸੁਣਾਈ ਸੀ ਜਦੋਂ ਸੰਤ ਫਤਿਹ ਸਿੰਘ ਪ੍ਰਧਾਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਉਹ ਆਏ ਜੀ ਆ ਕੇ ਤੇ ਜਿਹੜਾ ਲੰਗਰ ਹਾਲ ਹੈ ਗੁਰੂ ਰਾਮਦਾਸ ਲੰਗਰ ਦੇ ਸਾਹਮਣੇ ਇੱਕ ਪਾਰਕ ਹੈਗਾ ਜਿਹਨੂੰ ਗੁਰੂ ਕਾ ਬਾਗ ਕਹਿੰਦੇ ਆ ਜੀ ਉੱਥੇ ਆਏ ਤੁਸੀਂ ਪਾਰਕ ਦੇ ਵਿੱਚ ਥੱਲੇ ਚਾਦਰ ਵਿਛਾਈ ਸੌਂਗੇ ਸਵੇਰੇ ਜਦੋਂ ਉੱਥੇ ਇਸ਼ਨਾਨ ਪਾਣੀ ਕੀਤਾ ਤੇ ਆਪਣੀ ਦਸਤਾਰ ਸਜਾਉਣ ਦੇ ਸੀ ਬੈਠੇ ਉੱਥੇ ਤੇ ਸੇਵਾਦਾਰ ਨੇ ਵੇਖਿਆ ਤੇ ਸੰਤ ਜੀ ਬੈਠੇ ਆ ਜੀ ਫਟਾਫਟ ਸੁਪਰਪਾ ਜੀ ਭਜਾ ਸੰਤ ਜੀ ਤੁਸੀਂ ਇੱਥੇ ਕਿਉਂ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਤੁਹਾਨੂੰ ਕਮਰਾ ਦਿੰਦਾ ਤੁਸੀਂ ਕਮਰੇ ਦੇ ਉਹਦਾ ਨਾ 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 ਵੀ ਕਮਰੇ ਜਿਹੜੇ ਸੰਗਤ ਵਾਸਤੇ ਸਾਡੇ ਵਾਸਤੇ ਨਹੀਂ ਹੈਗੇ ਜੀ ਇਹ ਵੀ ਦੇਖੋ ਇਹ ਵੀ ਬੰਦੇ ਸੀ ਇਹ ਸਰਦਾਰ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਤੇ ਅੱਜ ਦਾ ਜਿਹੜਾ ਪ੍ਰਧਾਨ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਉਹ ਤਾਜ ਹੋਟਲ ਨੂੰ ਸਾਡੇ ਗੱਲ ਨਹੀਂ ਕਰਦਾ ਦੱਸੋ ਇਸ ਕਰਕੇ ਅਸੀਂ ਸਾਨੂੰ ਇਹਨਾਂ ਤੇ ਇਸ ਕਰਕੇ ਨਾਰਾਜ਼ਗੀ ਆ ਵੀ ਭਾਈ ਤੁਸੀਂ ਜਿਹੜੇ ਗੁਰੂ ਤੋਂ ਪੁਰਾਣਾ ਹੋ ਤੁਸੀਂ ਆਪਣਾ ਪਿਛੋਕੜ ਵੇਖੋ ਤੁਹਾਡੇ ਵੱਡੇ ਵੱਡੇ ਜਿਹੜੇ ਉਹਨਾਂ ਨੇ ਲੀਡਰ ਨੇ ਕੀ ਕੀਤਾ ਤੇ ਕੋਈ ਚੱਲਦੇ ਤੁਸੀਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਘਰੋਂ ਆਪਣੇ ਰਿਕਸ਼ੇ ਤੇ ਆਉਂਦੇ ਹੁੰਦੇ ਸੀਗੇ ਜੀ ਹਾਂਜੀ ਤੇ ਦੁਪਹਿਰ ਦਾ ਟਿਫਨ ਨਾਲ ਲੈ ਕੇ ਆਉਂਦੀ ਸੀ ਤੇ 5 ਪੈਸੇ ਦੀ ਚਾਹ ਬਾਜ਼ਾਰੋਂ ਮੰਗ ਕੇ ਪੀਂਦੇ ਸੀ 5 ਪੈਸੇ ਕੱਪ ਮਿਲਦਾ ਸੀ ਉਦੋਂ ਜੀ ਬਾਜ਼ਾਰੋਂ ਮੰਗਾ ਕੇ ਪੀਂਦੇ ਸੀ ਉਹ ਤੇ ਜਿਹੜੀ ਸ਼੍ਰੋਮਣੀ ਕਮੇਟੀ ਦੀ ਗੱਡੀ ਵਰਤਣੀ ਸੀ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਦੇ ਕੰਮ ਵਾਸਤੇ ਵਰਤਦੇ ਕੰਮ ਵਾਸਤੇ ਉਹ ਤਾਂ ਬਿਲਕੁਲ ਸਿਆਣੀ ਗੱਲ ਹੈ ਜੀ ਤੇ ਇੱਥੇ ਤੇ ਸਾਡੇ ਇਹੋ ਜਿਹੇ ਪ੍ਰਧਾਨ ਰਹੇ ਜਿਨ੍ਹਾਂ ਦੀ ਗੱਡੀ ਜੰਬੋ ਜੱਟ ਨਾਲ ਤੇਲ ਖਾਂਦੀ ਸੀ ਉਹ ਤਾਂ ਉਹ ਜੰਬੋ ਜੱਟ ਵੀ ਸ਼ਾਇਦ ਆਪਣਾ ਕੀ ਕਹਿੰਦੇ ਆ ਘੱਟ ਖਾਂਦਾ ਹੋਵੇ ਘੱਟ ਖਾਂਦਾ ਹੋਵੇ ਚਲੋ ਅਸੀਂ ਜਿਬਚਾ ਲਾਇਆ ਜੇ ਹਲਦੀ ਘੜੀ ਉਹਨੂੰ ਉਹਨਾਂ ਨੇ ਇਹ ਸੋਚਿਆ ਨੀ ਤੁਸੀਂ ਕਰ ਕੀ ਰਹੇ ਜਦੋਂ ਤੁਸੀਂ ਆਪਣੇ ਡਰਾਈਵਰ ਨੂੰ ਕਹਿ ਦੇਣਾ ਭਾਈ ਉੱਥੋਂ ਫਰੂਟ ਫੜੀ ਇੰਨਾ ਅਪਰਾਹ ਲਈ ਆ ਲਈ ਉਹ 500 ਰੁਪਏ ਦਾ ਫਰੂਟ ਬਣ ਗਿਆ ਤੇ ਕਿਉਂ ਨਾ ਅਗਲਾ 4 ਘੰਟੇ ਦੇ ਵੇਲੇ ਪਾਊਗਾ ਨਾ ਪਾਊਗਾ ਜੀ ਉਹ ਤਾਂ ਜਦੋਂ ਤੁਸੀਂ ਡਰਾਈਵਰਾਂ ਤੋਂ ਮੰਗਾਓਗੇ ਤਾਂ ਉਹਨੇ ਫਿਰ ਤੇਲ ਤੇ ਡੀਜ਼ਲ ਚ ਪਾਉਣਾ ਗੱਜ ਪਾਉਣਾ ਅੱਜ ਤੱਕ ਉਹ ਨਾ ਉਹ ਪ੍ਰਧਾਨ ਤੇ ਨਾ ਸ਼੍ਰੋਮਣੀ ਕਮੇਟੀ ਇੱਥੇ ਤੱਕ ਜਵਾਬ ਦੇ ਸਕੀ ਸੀ ਉਹ ਬਿੱਲ ਕਿਹਨੇ ਪਾਸ ਕੀਤੇ ਕਿਵੇਂ ਪਾਸ ਹੋਏ ਉਹਨਾਂ ਦਾ ਕੀ ਕੀਤਾ ਕੀ ਨਹੀਂ ਕੀਤਾ ਗਿਆ ਇਸ ਕਰਕੇ ਬਿਕਰਮ ਸਿੰਘ ਮਜੀਠੀਆ ਦੀ ਅਸੀਂ ਗੱਲ ਤਦ ਕਰਦੇ ਹਾਂ ਕਿ ਜੋ ਜਿਹਦੇ ਤੁਸੀਂ ਮੈਂਬਰ ਹੋ ਜਿਹਦੇ ਤੁਸੀਂ ਆਗੂ ਹੋ ਉਹ ਅਕਾਲੀ ਦਲ ਦਾ ਪਿਛੋਕੜ ਵੇਖੋ ਉਹ ਕੁਰਬਾਨੀਆਂ ਨਾਲ ਭਰਪੂਰ ਆ ਜੀ ਬਿਲਕੁਲ ਤੇ ਇਸ ਕਰਕੇ ਇਹਨਾਂ ਤੇ ਜ਼ਿਆਦਾ ਕਰਦੇ ਆ ਤੇ ਸਾਨੂੰ ਇੰਝ ਲੱਗਦਾ ਵੀ ਆ ਜੋ ਉਹਦੀ ਸਿਕਿਉਰਿਟੀ ਵਾਪਸ ਦੇਈ ਹੈ ਇਹ ਬਹੁਤੇ ਅਕਾਲੀ ਦਲ ਦੇ ਕੋਈ ਵਧੀਆ ਜਿਹੜੇ ਮੈਨੂੰ ਲੱਗਦਾ ਜਿਹੜੇ ਕੱਲ ਗਾਲੋ ਗਾਲੀ ਹੋਏ ਨੇ ਨਾ ਜੀ ਇਹਨਾਂ ਦੇ ਚੈਨਲ ਦੇ ਉੱਤੇ ਉਹਦੀਆਂ ਵੀ ਉਹਦਾ ਵੀ ਅਸਰ ਪਿਆ ਹੋਣਾ ਬੜੀ ਗਾਲੋ ਗਾਲੀ ਹੋਏ ਸਭ ਤੋਂ ਜ਼ਿਆਦਾ ਤੈਨੂੰ ਲੱਗਦਾ ਜਹੇਦਰ ਨੇ ਕਿਹਾ ਨਾ ਜੀਰਾ ਕਿ ਜਿਹੜੀ ਮੋਦੀ ਸਰਕਾਰ ਉਹ ਲੋਕਤੰਤਰ ਸਰਕਾਰ ਨਹੀਂ ਈਵੀਐਮ ਦੀ ਸਰਕਾਰ ਹੈ ਭਾਵੇਂ ਇਹਨੇ ਸੱਚ ਕਿਹਾ ਜਹੇਦਰ ਨੇ ਸੱਚ ਬੋਲਿਆ ਲੇਕਿਨ ਟਿੱਪਣੀ ਨਾ ਕੀਤੀ ਵੀ ਜਿਹਨੇ ਆ ਸਿਆਸੀ ਬਿਆਨ ਇਸ ਨਾਲ ਦੇਰਬਾਨ ਗਲਤ ਨਹੀਂ ਕੀਤਾ ਲੇਕਿਨ ਅੱਜ ਤੱਕ ਵੀ ਸੁਖਬੀਰ ਸਿੰਘ ਬਾਦਲ ਤੇ ਬਾਕੀ ਉਹਨਾਂ ਨੇ ਕ੍ਰਿਟੀਸਾਈਜ਼ ਨਹੀਂ ਕੀਤਾ ਇਹਨੂੰ ਉਹਨਾਂ ਕਦੇ ਨਹੀਂ ਨਹੀਂ ਉਹਨਾਂ ਕਦੇ ਵੀ ਬੀਜੇਪੀ ਦੇ ਖਿਲਾਫ਼ ਕੋਈ ਗੋਲੀ ਬਿਆਨ ਦਿੱਤਾ ਅੱਜ ਤੱਕ ਇਹੋ ਜਿਹਾ ਕ੍ਰਿਟੀਕਲ ਬਿਆਨ ਕਦੇ ਨਹੀਂ ਦਿੱਤਾ ਉਹਨਾਂ ਨੇ ਹੁਣ ਵੇਖੋ ਇਹਦੇ ਵਿੱਚ ਚੰਦੂ ਮਾਜਰਾ ਸਾਹਿਬ ਗੈਬ ਰਹੇ ਆ ਇਹ ਸਮਾਗਮ ਦੇ ਵਿੱਚ ਉਹ ਵੀ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਵਾ ਘੱਟੋ ਘੱਟ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜ਼ਰੂਰ ਸੱਦਾ ਦਿੱਤਾ ਉਹ ਜੇ ਆਉਂਦੇ ਤੇ ਉਹ ਪਹਿਲੇ ਬੁਲਾਰਿਆਂ ਚ ਹੋਣੇ ਸੀ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਠੀਕ ਠਾਕ ਨਹੀਂ ਹੋ ਗਿਆ ਕੁਛ ਲੇਕਿਨ ਹੁਣ ਜਿਹੜੀ ਬਿਕਰਮ ਮਜੀਠੀਆ ਦੀ ਭੀੜ ਬਣਨ ਵਾਲੀ ਆ ਉਹ ਆ ਜਿਹੜੀ ਸਿਕਿਉਰਿਟੀ ਵਾਪਸ ਲਈ ਇਹ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਰੱਬ ਸੁੱਖ ਰੱਖੇ ਜੀ ਬਿਲਕੁਲ ਜੀ ਬਿਲਕੁਲ ਰੱਬ ਭਲੀ ਕਰੇ ਕਰਤਾਰ ਹੈ ਜੀ ਆ ਚੀਜ਼ ਨਹੀਂ ਅਸੀਂ ਤਾਂ ਸੁੱਖੀ ਮੰਗ ਸਕਦੇ ਹਾਂ ਜੀ ਸੁੱਖੀ ਮੰਗ ਸਕਦੇ ਹੋਰ ਅਸੀਂ ਕੀ ਕਰ ਸਕਦੇ ਹਾਂ ਤੇ ਹੁਣ ਅਗਲੀ ਖਬਰ ਦੇ ਉੱਤੇ ਗੱਲ ਕਰੀਏ ਤੇ ਜਿਵੇਂ ਆਪਾਂ ਇਹਨਾਂ ਦੀ ਤਾਂ ਈਡੀ ਦੀ ਗੱਲ ਕਰ ਲਈ ਕੈਪਟਨ ਦਾ ਪੁੱਤ ਵੀ ਸੱਦ ਲਿਆ ਉਹਨਾਂ ਨੇ
ਠੀਕ ਆ ਹੁਣ ਕੈਪਟਨ ਦਾ ਕਹਿੰਦਾ ਤੇਰਾ ਕੀ ਬਣੂ ਹੈ ਜੀ 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 ਕੈਪਟਨ ਦੀ ਵੇਖੋ ਕੈਪਟਨ ਸਾਹਿਬ ਦਾ ਉਮੀਦ ਹੈ ਵੀ ਕੱਲ ਜਿਹੜੀ ਕਿਸਾਨਾਂ ਨਾਲ ਮੀਟਿੰਗ ਕਰ ਰਹੀ ਉਹਦੇ ਕੋਈ ਹੱਲ ਨਿਕਲ ਆਊਗਾ ਕਿਉਂ ਲੋਕ ਕਾਫੀ ਵਾਵਾਗਾਰ ਨੇ ਪੰਜਾਬ ਦਾ 40,000 ਕਰੋੜ ਦਾ ਨੁਕਸਾਨ ਥੋੜਾ ਨੀ ਹੁੰਦਾ ਕਿੱਥੇ ਜਾ ਕੇ ਭਰਪਾਈ ਹੋਣੀ ਹੈ ਜੀ ਢਿੰਡਾਰੀ ਕਲਾਂ ਤੇ ਅੱਜ ਵੀ ਮੇਰੇ ਖਿਆਲ 15,000 ਕੰਟੇਨਰ ਜਿਹੜੇ ਮਾਲ ਭਰਿਆ ਪਿਆ ਉੱਥੇ ਜਾ ਨੀ ਰਿਹਾ ਭਾਵੇਂ ਕਿ ਲੋਕਾਂ ਨੇ ਆਪਣੇ ਜਿਹੜਾ ਮਾਲ ਕੱਚਾ ਮਾਲ ਸੀ ਟਰੱਕਾਂ ਰਾਹੀਂ ਜਿਹੜਾ ਸੀ ਬਾਲੇ ਤੋਂ ਜਾਂ ਬਾਕੀ ਜਗ੍ਹਾ ਤੋਂ ਲਿਆਉਣਾ ਸ਼ੁਰੂ ਕਰ ਦਿੱਤਾ ਜੀ ਲੇਕਿਨ ਉਹ ਮਹਿੰਗਾ ਸੁਧਾ ਪੈ ਰਿਹਾ ਵਾ ਇਸ ਕਰਕੇ ਕਿਸਾਨਾਂ ਨੂੰ ਚਾਹੀਦਾ ਵੀ ਜੇ ਮਾਲ ਗੱਡੀਆਂ ਚੱਲ ਸਕਦੀਆਂ ਤੇ ਪੈਸੰਜਰ ਗੱਡੀਆਂ ਚੱਲਣ ਤੁਹਾਨੂੰ ਫਾਇਦਾ ਵਾ ਕੱਲ੍ਹ ਨੂੰ ਕਿਸਾਨਾਂ ਜਾਣਾ ਤੇ ਗੱਡੀਆਂ ਤੋਂ ਹੀ ਚੱਲ ਜਾਣਗੇ ਹੁਣ ਉਹ ਉਮੀਦ ਹੈ ਵੀ ਕੱਲ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਆਪ ਪਹਿਲਾਂ ਉਹਨਾਂ ਦੇ ਮੰਤਰੀ ਆਉਂਦੇ ਸੀ ਕੱਲ ਉਹ ਆਪ ਮੀਟਿੰਗ ਕਰ ਰਹੇ ਤੇ ਕਿਸਾਨਾਂ ਨੇ ਕਹਿ ਦਿੱਤਾ ਇਸ ਤੋਂ ਪਹਿਲਾਂ ਸਾਡੀ 11 ਵਜੇ ਮੀਟਿੰਗ ਹੋਏਗੀ ਤੇ 1:30 ਵਜੇ ਮੁੜ ਕੇ ਮੁੱਖ ਮੰਤਰੀ ਨਾਲ ਮੀਟਿੰਗ ਹੋਏਗੀ ਪਹਿਲਾਂ ਵੀ ਤੁਹਾਨੂੰ ਪਤਾ ਵੀ 1 ਵੋਟ ਤੇ ਕੰਮ ਰਹਿ ਗਿਆ ਸੀ ਜੇ ਥੋੜਾ ਇੱਕ ਪਾਸੇ ਹੋ ਗਈ 14 ਪਾਸੇ ਜੇ 15-15 ਵਜੇ ਤੇ ਆਪੇ ਗੱਲ ਬਣ ਜਾਂਦੀ ਹਾਂਜੀ ਹਾਂਜੀ ਇਸ ਕਰਕੇ ਲੋਕ ਵੀ ਆਵਾਜ਼ਾਰ ਨੇ ਇਹ ਮਾਮਲੇ ਵਿੱਚ ਅੱਜ ਲੋਕਾਂ ਦੇ ਹਮਦਰਦ ਨੇ ਬਹੁਤ ਸਾਰੇ ਲੋਕ ਤੇ ਮੁੜ ਕੇ ਕੱਲ ਨੂੰ ਜੇ ਵਿਰੋਧ ਖੜੇ ਹੋ ਗਏ ਤੇ ਮੁਸ਼ਕਲ ਹੋ ਬਿਲਕੁਲ ਜੀ ਹਾਂ ਇਸ ਕਰਕੇ ਕਿਸਾਨਾਂ ਨੂੰ ਇੱਥੇ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਤੁਹਾਡਾ ਪ੍ਰੋਟੈਸਟ ਬਹੁਤ ਵਧੀਆ ਚੱਲਦਾ ਕੱਲ ਜਿਹੜੀ ਤੁਹਾਡੀ ਸੈਂਟਰਲ ਕਮਾਂਡ ਸੀ ਜਿਹੜੇ ਭਾਰਤ ਚੋਂ ਲੀਡਰ ਆਏ ਸੀ ਉਹਨਾਂ ਵੀ ਇੰਨੀ ਗੱਲ ਕਹਿਤੀ ਵੀ ਪੰਜਾਬ ਵਧਾਈ ਦਾ ਪਾਤਰ ਜਿਹਨੇ ਇਸ ਮੂਵਮੈਂਟ ਨੂੰ ਸਾਰੇ ਪੂਰੇ ਹਿੰਦੁਸਤਾਨ ਚ ਪਹੁੰਚਾਇਆ ਵਾ ਜੀ ਜਿਹਨਾਂ ਮੂਵਮੈਂਟ ਨੂੰ ਮੂਵਮੈਂਟ ਬਣਾਇਆ ਵਾ ਤੇ ਇਸ ਕਰਕੇ ਜਿਹੜੇ ਤੁਹਾਡੇ ਨੰਬਰ ਬਣੇ ਉਹ ਗੁਆਚ ਨਾ ਜਾਣ ਤੇ ਤੁਸੀਂ ਮਿਹਰਬਾਨੀ ਕਰਕੇ ਥੋੜੀ ਬਾਲੀ ਕਿਤੇ ਸਮਝੌਤੇ ਕਰਨੇ ਪੈਂਦੇ ਆ ਪਰ ਕੇਂਦਰ ਦੀ ਵੀ ਇਹ ਘੜੀ ਗਲਤ ਆ ਜਦੋਂ ਕਿਸਾਨਾਂ ਨੇ ਕਹਿਤਾ ਤੁਸੀਂ ਮਾਲ ਚਲਾ ਦਿਓ ਜੀ ਅਸੀਂ ਐਮਰਜੈਂਸੀ ਮੀਟਿੰਗ ਕਾਲ ਕਰਕੇ ਦੂਜਾ ਪ੍ਰਬੰਧ ਕਰ ਲਾਂਗੇ ਦੇਖੋ ਨਾ ਅੜੀ ਅੜੀ ਉਹ ਕਹਿੰਦੇ ਸਰਕਾਰ ਅਸੀਂ ਕਿ ਇੱਥੇ ਗੱਲ ਜਿਹੜੀ ਅੜੀ ਆ ਉਦਣ ਵੀ ਗੱਲ ਕਹੀ ਸੀ ਜਿਸ ਦਿਨ ਰਾਜੇਵਾਲ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਖੇਤੀਬਾੜੀ ਮੰਤਰੀ ਸੀ ਉਹਦਾ ਜਿਹੜਾ ਰਵੱਈਆ ਸੀ ਬਹੁਤ ਸੌਫਟ ਕਾਰਨਰ ਸੀ ਸਾਡੇ ਬਿਲਕੁਲ ਉਹਨੇ 4 ਵਾਰੀ ਕਿਹਾ ਹੋਣਾ ਘੱਟੋ ਘੱਟ ਇਹ ਆਪਣੀ ਲਾਸਟ ਮੀਟਿੰਗ ਨੀ ਮੀਟਿੰਗਾਂ ਆਪਣੀਆਂ ਹੋਰ ਵੀ ਹੋਣਗੀਆਂ ਲੇਕਿਨ ਪਿਊਸ਼ ਗੋਇਲ ਜਿਹੜਾ ਸੀ ਵਰਿੰਦਰ ਮਿਨਿਸਟਰੀ ਨਹੀਂ ਸੀ ਜਿੰਨਾ ਚਿਰ ਮੁਸਾਫਰ ਗੱਡੀਆਂ ਚੱਲਦੀਆਂ ਉਹ ਚਿਰ ਅਸੀਂ ਗੱਡੀਆਂ ਨਹੀਂ ਚਲਾਉਣ ਜੋ ਮਰਜ਼ੀ ਹੋ ਜੇ ਹਾਲੀ ਕਿ ਉਹਦਾ ਪ੍ਰਭਾਵ ਇਕੱਲਾ ਪੰਜਾਬ ਤੇ ਨਹੀਂ ਉਹਦਾ ਹਿਮਾਚਲ ਤੇ ਵੀ ਪੈ ਰਿਹਾ ਵਾ ਉਹਦਾ ਜੰਮੂ ਕਸ਼ਮੀਰ ਤੇ ਵੀ ਪੈ ਰਿਹਾ ਪ੍ਰਭਾਵ ਇੱਥੋਂ ਤੱਕ ਕਿ ਸਾਡਾ ਜਿਹੜਾ ਝੋਨਾ ਜਾਂ ਜਿਹੜਾ ਸਾਡਾ ਚੌਲ ਜਾ ਕੇ ਵਿਕਣਾ ਸੀ ਯੂਪੀ ਦੇ ਵਿੱਚ ਜੀ ਹੁਣ ਆਂਧਰਾ ਪ੍ਰਦੇਸ਼ ਤੋਂ ਤਾਮਿਲਨਾਡੂ ਖਰੀਦ ਰਹੇ ਨੇ ਇਸ ਵੇਲੇ ਪਰ ਉਧਰ ਸਾਡਾ ਇੱਥੇ ਉਹਦੇ ਪਿਆ ਇੱਥੇ ਹਾਂ ਪਰ ਦੇਖੋ ਹੈਰਾਨੀ ਦੀ ਗੱਲ ਹੈ ਕਿ ਆਪਣੇ ਜਿੰਨਾ ਯੂਨੀਵਰਸਿਟੀ ਦੇ ਝਾੜ ਤੋਂ ਵੱਧ ਝਾੜ ਦੇ ਰਿਹਾ ਪੰਜਾਬ ਦਾ ਜਿਹੜਾ ਝੋਨਾ ਹੈ ਤੇ ਮੰਡੀਆਂ ਦੇ ਵਿੱਚ ਦੇਖੋ ਵੀ ਉਹ ਫਿਰ ਕਿੱਧਰੋਂ ਆ ਰਿਹਾ ਸਵਾਲ ਉੱਠ ਰਿਹਾ ਇੱਥੋਂ ਦੇ ਵੀ ਖਰੀਦੋ ਬੜਾ ਤਕੜਾ ਸਵਾਲ ਆ ਜੀ ਇਹ ਇਸ ਵੇਲੇ ਸਭ ਨੂੰ ਪਤਾ ਵਾ ਤੇ ਇਹ ਦੇਖੋ ਜੇ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਜਿਹੜਾ ਮੰਡੀਆਂ ਝੋਨਾ ਆ ਜਿਹੜੀ ਸਾਡੀ ਆਪਣੀ ਬਿਜਾਈ ਆ ਉਹਦੇ ਤੋਂ 40 ਲੱਖ ਟਨ ਝੋਨਾ ਵਾਧੂ ਖਰੀਦਿਆ ਗਿਆ ਵਾ ਜੀ ਜਿਹੜੇ ਖੇਤੀ ਵਿਭਾਗ ਦੀ ਰਿਪੋਰਟ ਦੇ ਮੁਤਾਬਕ ਅਸੀਂ 27.36 ਲੱਖ ਹੈਕਟਰ ਝੋਨਾ ਲਾਇਆ ਜੀ ਜਿਹਦੇ ਵਿੱਚੋਂ 6 ਲੱਖ ਹੈਕਟਰ ਬਾਸਮਤੀ ਆ ਤੇ ਪੰਜਾਬ ਜਿਹੜਾ ਸਾਲ 2019 ਤੇ 2020 ਝੋਨੇ ਦੀ ਔਸਤ ਚਾਰ ਜੇ ਲਾ ਲਈਏ ਤੇ 60 ਕੁਇੰਟਲ ਹੈਕਟਰ ਬਣਦੀ ਆ ਜੀ ਜਦੋਂ ਅਸੀਂ ਇਹਨੂੰ ਵੱਧ ਲਾ ਲਈਏ 60 ਕੁਇੰਟਲ ਲਾ ਲਓ ਜੇ 60 ਕੁਇੰਟਲ ਵੀ ਲਾ ਲਓ ਤੇ ਇਹਦਾ ਮਤਲਬ ਮੰਡੀਆਂ ਦੇ ਵਿੱਚ 143 ਲੱਖ ਟਨ ਝੋਨਾ ਆਉਣਾ ਚਾਹੀਦਾ ਸੀ ਜੀ ਲੇਕਿਨ ਹੁਣ ਤੱਕ ਕਿੰਨਾ ਆ ਚੁੱਕਾ ਵਾ ਕਰੀਬ 200 ਟਨ ਜੀ 200 ਟਨ ਆ ਚੁੱਕਾ ਝੋਨਾ ਤੇ ਹੁਣ ਇਹ ਵੇਖੋ ਵੀ ਝੋਨਾ ਆਇਆ ਕਿੱਥੋਂ ਇਹੀ ਤਾਂ ਰੌਲਾ ਹਾਂ ਇਸ ਵੇਲੇ ਤੁਸੀਂ ਇਸ ਨੂੰ ਦੱਸਦੇ ਸੀ ਨਾ ਕਿ ਤੁਸੀਂ ਪਹਿਲਾਂ ਬ੍ਰੇਕ ਕੀਤਾ ਜਿਹੜਾ ਮਾਲਗੜੀ ਨੇ ਝੋਨਾ ਆਇਆ ਸੀ ਇੱਥੇ ਹੁਣ ਝੋਨਾ ਆਇਆ ਕਿੱਥੋਂ ਇਸ ਵੇਲੇ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਆ ਰੇਲਾਂ ਤੇ ਬੈਠੇ ਆ ਸਭ ਜੇ ਟਰੱਕ ਉਹਨੇ ਪਤਾ ਨੀ ਲੱਗਦਾ ਸਾਰਾ ਪਤਾ ਉਹਨਾਂ ਨੂੰ ਸਭ ਪਤਾ ਲੱਗਦਾ ਹੁਣ ਸਾਡੀ ਜਿਹੜੀ ਕੈਸ਼ ਕਰੰਟ ਲਿਮਿਟ ਸਾਨੂੰ ਮਿਲੀ ਸੀ ਕੇਂਦਰ ਵੱਲੋਂ ਉਹ ਮਿਲੀ ਸੀ 30,220 ਕਰੋੜ ਦੀ ਜੀ ਇਹਨੂੰ ਸਾਨੂੰ ਅਕਤੂਬਰ ਚ ਫੇਰ ਵਧਾਉਣਾ ਪਿਆ 35,552 ਕਰੋੜ ਹੋ ਗਿਆ ਜੀ ਤੇ ਨਵੰਬਰ ਵਿੱਚ ਜੇ ਵਧਾਉਣੀ ਪਈ 44,028 ਕਰੋੜ ਰੁਪਏ ਜਿਹੜੀ ਕਰਨੀ ਪਈ ਸਾਨੂੰ ਤੇ ਅਜੇ ਵੀ ਝੋਨਾ ਜਿਹੜਾ ਮੰਡੀਆਂ ਜੇ ਪਿਆ ਵਾ
ਜਿਹੜੇ ਕਹਿੰਦੇ ਹੋਰ ਖਰੀਦੋ ਤੇ ਇਹ ਯੂਪੀ ਬਿਹਾਰ ਤੇ ਹੋਰ ਰਾਜਾਂ ਤੋਂ ਟਰੱਕਾਂ ਰਾਹੀਂ ਝੋਨਾ ਜਿਹੜਾ ਵੱਡੀ ਵੱਡੀ ਮਾਤਰਾ ਚ ਆਇਆ। ਦੱਸੋ ਉਹ ਦੇਖੋ ਨਾ ਕਿਵੇਂ ਆ ਰਿਹਾ ਉਹਨੂੰ ਕੋਈ, ਉਹ ਤਾਂ ਕਹਿੰਦੇ ਕਿ ਸਾਨੂੰ ਕੋਈ ਰੋਕ ਨਹੀਂ ਸਕਦਾ, ਸਾਡਾ ਤਾਂ ਕਾਨੂੰਨ ਲਾਗੂ ਹੋ ਗਿਆ। ਬਿਲਕੁਲ ਬਿਲਕੁਲ, ਉਹ ਤਾਂ ਉਹ ਕਿਉਂ ਰੋਕਣਗੇ, ਉਹਨਾਂ ਨੇ ਦੇਖਿਆ ਤਾਂ ਜਿੱਥੇ ਜਾ ਕੇ ਮਰਜ਼ੀ ਵਿੱਚੋ ਤੁਸੀਂ। ਹਾਂ ਆ ਹੁਣ ਹਬੋਰ ਵਾਲਾ ਮਾਮਲਾ ਜਿਹੜਾ ਅਦਾਲਤ ਚ ਚਲਾ ਗਿਆ ਨਾ, ਦੇਖੋ ਬਿਲਕੁਲ ਬਿਲਕੁਲ ਬਿਲਕੁਲ, ਹਾਲੇ ਸਾਡੇ ਤੇ ਜਿਹੜਾ 31,000 crore ਦਾ ਜਿਹੜਾ ਅਕਾਲੀਆਂ ਦੇ ਟਾਈਮ ਦਾ ਕਰਜ਼ਾ ਜਿਹੜਾ 2017 ਸਾਡੇ ਤੇ ਖੜਾ ਅਜੇ ਤੱਕ। ਬਿਲਕੁਲ ਜੀ, ਤਾਂ ਅਸੀਂ ਹੋਰ ਆਪਣੇ ਕਰਜ਼ਾ ਲਈ ਜਾ ਰਹੇ ਹਾਂ ਤੇ ਗਾਹ ਸਾਡਾ ਕੀ ਬਣੂਗਾ। ਇਸ ਕਰਕੇ ਇਹ ਵੀ ਰੋਕ ਲੱਗਣੀ ਚਾਹੀਦੀ ਭਾਈ, ਜਿੱਥੋਂ ਦਾ ਝੋਨਾ ਉੱਥੇ ਤੁਸੀਂ ਵੇਚੋ ਨਾ, ਸਰਕਾਰ ਸੁਹਿਰਦਾ, ਕਿਉਂਕਿ ਜਿਹੜੇ ਝੋਨਾ ਲਿਆ ਰਹੇ ਇਹ ਕੌਣ ਨੇ, ਇਹ ਵੀ ਲੀਡਰ ਨੇ, ਆਪਣੀਆਂ ਹੀ ਨੇ। ਹਾਂ ਬਿਲਕੁਲ, ਬਾਕੀ ਝੋਨਾ ਇਹਦਾ ਮਤਲਬ ਬਾਹਰੋਂ ਝੋਨਾ ਆ, ਜੇ ਕਿਤੇ ਦੀ ਪੜਤਾਲ ਹੋਵੇ ਤੇ ਇਹ ਲੀਡਰ ਹੀ ਫਸਣੇ ਇਹਦੇ ਵਿੱਚ ਵੀ, ਅਸੀਂ ਆ ਵੇਚੇ ਤੇ ਨਿਆ ਵੇਚੇ ਨਿਆ ਵੇਚਿਆ। ਬਿਲਕੁਲ, ਤੇ ਮੁੜ ਕੇ ਇਹਨਾਂ ਨੇ ਆ ਕੇ ਜਿਹੜੇ ਮੁਲਾਜ਼ਮ ਪਰਚੇਜ਼ ਖਰੀਦ ਕਰਦੇ ਉਹਨਾਂ ਦੀ ਗਾਹ ਚਿੱਟ ਪੈਣੀ ਆ, ਜਿਹੜੀਆਂ ਮਾਰਕਫੈਡ ਵਾਲੇ ਹੋਏ, ਪੰਸਪ ਵਾਲੇ ਹੋਏ, ਐਫ ਸੀ ਵਾਲੇ ਹੋਏ, ਜੇ ਡੀ ਐਫ ਸੀ ਹੋਇਆ ਉਹਦੇ ਸਸਪੈਂਡ ਕਰ ਦੇਣਗੇ। ਬਿਲਕੁਲ ਜੀ ਬਿਲਕੁਲ, ਜਿਹਨੇ ਵੀ ਖਰੀਦ ਲਿਆ ਜੀ, ਇਹ ਆਯਾਤ ਰੋਕਣਾ ਤੁਸੀਂ ਹੈ ਨਾ ਉਹਨੂੰ। ਬਿਲਕੁਲ ਜੀ, ਅੱਛਾ ਜੀ ਪੱਟੀ ਸਾਹਿਬ ਇੱਕ ਚੀਜ਼ ਦੱਸੋ, ਵੀ ਸੌਦੇ ਸਾਧ ਨੂੰ ਇੱਕ ਦਿਨ ਦੀ ਪਰੋਲ ਦਿੱਤੀ ਸੀ, ਉਹਦੀ ਮਾਂ ਬਿਮਾਰ ਸੀਗੀ, ਉਹ ਪਰੋਲ ਨਹੀਂ ਹੁੰਦੀ ਗੀ ਵੈਸੇ ਸਹੀ ਮਿਹਨਤ 'ਚ, ਹਾਂਜੀ ਉਹਦਾ ਨਾਂ ਕੁਛ ਹੋਰ ਹੁੰਦਾ ਟੈਕਨੀਕਲੀ, ਜਿਹੜਾ ਸੁਬਾਹ ਜਾ ਕੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਜਿਵੇਂ ਸੰਸਕਾਰ ਲਈ ਜਾਂ ਹੋਰ ਇਹੋ ਜਿਹੇ ਕੰਮਾਂ ਲਈ ਬੰਦੇ ਨੂੰ ਸਵੇਰੇ ਛੱਡਿਆ ਜਾਂਦਾ ਅਤੇ ਦਿਨ ਚੜ੍ਹਦੇ ਨਾਲ ਛੱਡ ਦਿੱਤਾ, ਉਹਨੂੰ ਭੇਜਿਆ ਜਾਂਦਾ ਪੁਲਿਸ ਦੇ ਨਾਲ ਅਤੇ ਦਿਨ ਛਿਪਣ ਤੋਂ ਪਹਿਲਾਂ ਜੇਲ੍ਹ 'ਚ ਵਾਪਸ ਆ ਜਾਂਦਾ, ਪਰ ਕੀ ਇਹਦੇ, ਮੇਰੀ ਗੱਲ ਸੁਣੋ, ਕੋਈ ਗੱਲ ਨਹੀਂ, ਚਿੰਤਾ ਦੀ ਕੋਈ ਨਹੀਂ ਹੈਗੀ। ਅੱਛਾ, ਉਹਦੇ ਕਰਕੇ ਜਿਹੜੀ ਗੱਲ ਹੈ ਮੇਨ, ਇਹ ਚੀਜ਼ ਸਾਹਮਣੇ ਆਉਂਦੀ ਹੈ ਕੀ ਉਹ ਜਿਹੜੀ ਇਹਨੂੰ ਬਾਹਰ ਕੱਢਿਆ ਗਿਆ ਸੀ ਜੇਲ੍ਹ ਤੋਂ ਬਾਹਰ ਦੀ ਹਵਾ ਲਵਾਈ ਸੀ, ਕੀ ਉਹ ਪੱਕੀ ਪਰੋਲ ਦੇਣ ਦੇ ਇੰਤਜ਼ਾਮ ਕੀਤੇ ਗਏ ਸੀਗੇ? 24 ਅਕਤੂਬਰ ਨੂੰ ਜੇਲ੍ਹ ਦੇ ਸੁਪਰਡੈਂਟ ਨੇ ਲਿਖ ਕੇ ਦਿੱਤਾ ਵੀ ਇਸ ਬੰਦੇ ਦਾ ਚਾਲ ਚੱਲਣ ਬਹੁਤ ਵਧੀਆ ਜੀ, ਜਦੋਂ ਉਸ ਤੋਂ ਪਹਿਲਾਂ ਵੀ 2-3 ਵਾਰੀ ਪਰੋਲ ਲੈਣ ਦੀ ਕੋਸ਼ਿਸ਼ ਕੀਤੀ ਤੇ ਸੁਪਰਡੈਂਟ ਨੇ ਬਕਾਇਦਾ ਲਿਖਿਆ ਜੀ ਇਹਦਾ ਜਿਹੜਾ ਚਾਲ ਚੱਲਣ ਇਹ ਕੈਟਾਗਰੀ ਦਾ, ਨਾ ਕੋਈ ਝਗੜਾ, ਨਾ ਕੋਈ ਦੰਗਾ, ਨਾ ਪਸਾਦ, ਕਿਸੇ ਕਿਸਮ ਚ ਸ਼ਾਮਲ ਨਹੀਂ ਹੈਗਾ ਜੀ, ਇਹਨੂੰ ਪਰੋਲ ਦਿੱਤੀ ਜਾ ਸਕਦੀ ਹੈ, ਲੇਕਿਨ ਕੋਰਟ ਨੇ ਪਰੋਲ ਨਹੀਂ ਦਿੱਤੀ। ਜਿਹੜੀ ਇੱਕ ਦਿਨ ਦੀ ਪਰੋਲ ਹੁੰਦੀ ਆ ਉਹ ਸੁਪਰਡੈਂਟ ਦੇ ਸਕਦਾ ਵੀ ਸੂਰਜ ਚੜ੍ਹਦੇ ਤੇ ਜਾ ਸਕਦਾ ਤੇ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਂਦਾ। ਬਿਲਕੁਲ ਜੀ, ਇਹ ਜਿਹੜੀ ਇੱਕ ਦਿਨ ਦੀ ਪਰੋਲ ਆ ਇਹਨੂੰ ਹੋਰ ਕਿਸੇ ਨੀ, ਜੇਲ੍ਹ ਸੁਪਰਡੈਂਟ ਦਿੱਤੀ ਆ ਜੀ, ਪਿੱਛੇ ਸਰਕਾਰ ਖੜੀ ਆ, ਜੇਲ੍ਹ ਮੰਤਰੀ ਇਹ ਕਹਿ ਰਿਹਾ ਜੀ ਉਹਨੂੰ ਅਸੀਂ ਕੋਈ ਗੈਰ ਕਾਨੂੰਨੀ ਨੀ ਕੀਤਾ, ਉਹਦੀ ਮਾਤਾ ਬਿਮਾਰ ਸੀ, ਉਹਨੇ ਕਿਹਾ ਜੀ ਮੈਨੂੰ ਇੱਕ ਦਿਨ ਦੀ ਪਰੋਲ ਚਾਹੀਦੀ ਆ, ਜੇਲ੍ਹ ਸੁਪਰਡੈਂਟ ਨੇ ਪਰੋਲ ਦਿੱਤੀ ਦਿੱਤੀ ਸਰਕਾਰ ਦੇ ਕਹਿਣ ਤੇ ਜੀ, ਭਾਵੇਂ ਉਹ ਜੋ ਮਰਜ਼ੀ ਕਹੀ ਜਾਣ ਵੀ ਨਹੀਂ ਜੀ ਇਹ ਸਾਡਾ ਰੋਲ ਦੀ ਕੋਈ, ਸਾਡਾ ਰੋਲ ਕੋਈ ਨਹੀਂ ਹੈਗਾ, ਬਾਕੀਆਂ ਨੂੰ ਨਹੀਂ ਪਰੋਲ ਦਿੱਤੀ ਜਾਂਦੀ, ਆਹ ਦੇਖੋ ਜਮਾਨਤਾਂ ਨਹੀਂ ਦਿੱਤੀਆਂ ਜਾਂਦੀਆਂ, ਤਾਂ ਪਰੋਲ ਦੀ ਗੱਲ ਹੈ। ਜੱਗੀ ਚੌਲ ਦਾ ਕੀ ਕਸੂਰ ਸੀਗਾ ਜਿਹਨੂੰ ਤੁਸੀਂ ਅੱਜ ਤੱਕ ਅੰਦਰ ਬੰਦ ਰੱਖਿਆ ਤੁਸੀਂ, ਉਹਨੂੰ ਕੋਈ ਪਰੋਲ ਦੇ ਰਹੇ ਤੁਸੀਂ, ਉਹਨੂੰ ਕੋਈ ਜਮਾਨਤ ਦੇ ਰਹੇ ਤੁਸੀਂ, ਫਿਰ ਵੋਟਾਂ ਦਾ ਮਾਮਲਾ ਵਾ, ਉਹਦੇ ਕੋਲ ਵੋਟਾਂ ਅੱਜ ਵੀ 4 ਹੈਗੀਆਂ, ਇਹਨਾਂ ਨੂੰ ਪਤਾ ਵੋਟਾਂ ਗਾਂਹ ਵੀ ਲੈਣੀਆਂ ਅਸੀਂ, ਇਸ ਕਰਕੇ ਉਹਨਾਂ ਨੂੰ ਉਹਦੀ ਸਿਮਤੀ ਗੇਨ ਵਾਸਤੇ ਪਰੋਲ ਦਿੱਤੀ ਤੇ ਹੁਣ ਪਰੋਲ ਵੱਧ ਰਿਹਾ ਜੀ। ਜਦੋਂ ਜੇਲ੍ਹ ਮੰਤਰੀ ਨੂੰ ਪੱਤਰਕਾਰਾਂ ਨੇ ਪੁੱਛਿਆ ਮਹਾਰਾਜ ਇਹਨੂੰ ਪਰੋਲ ਤੁਸੀਂ ਜਿਹੜੀ ਰੈਗੂਲਰ ਵੀ ਦੇ ਰਹੇ ਹੋ ਦੇ ਰਹੇ, ਭਾਈ ਕਾਨੂੰਨ ਦਾ ਕੰਮ ਆ, ਜੋ ਬਣਦੀ ਤਾਂ ਮਿਲ ਜਾਏਗੀ, ਇਹਦਾ ਮਤਲਬ ਆ ਵੀ ਹੁਣ ਨਵਾਂ ਸਿਆਪਾ ਫੇਰ ਪਊਗਾ, ਜਦੋਂ ਉਹ ਆਊਗਾ ਫੇਰ ਵਿਰੋਧ ਹੋਊਗਾ, ਪੰਥਕ ਜਥੇਬੰਦੀਆਂ ਵੱਖਰਾ ਰੌਲਾ ਪਾਉਣਗੀਆਂ, ਪਰੋਲ ਕਿਉਂ ਦਿੱਤੀ, ਜਿਹੜੇ ਪਰਿਵਾਰ ਪੀੜਿਤ ਆ ਉਹਨਾਂ ਤੇ ਫਿਰ ਇੱਕ ਵਾਰੀ ਸੰਕਟ ਦੇ ਬਦਲ ਮਰਾਉਣਗੇ, ਤੁਹਾਡੀ ਵਜ੍ਹਾ ਕਰਕੇ ਮੰਦਰ ਗਿਆ, ਤੁਸੀਂ ਮੈਨੂੰ ਅੰਦਰ ਭੇਜਿਆ ਸੀ, ਉਹਨਾਂ ਦਾ ਕੀ ਬਣਦਾ ਨੀ ਪਤਾ ਕੋਈ, ਉਹਨਾਂ ਨੂੰ ਸਿਕਿਉਰਿਟੀ ਸਰਕਾਰ ਨੇ ਦੇਣੀ ਨੀ, ਨਾ ਉਹਨੇ ਸਿਕਿਉਰ ਹੋਣਾ ਹੀ ਵਿਚਾਰਿਆਂ ਨੇ ਜੀ। ਇਸ ਕਰਕੇ ਉੱਥੋਂ ਦੀ ਸਰਕਾਰ ਜਿਹੜੀ ਆ, ਜਦੋਂ ਵੇਖੋ 27 ਅਗਸਤ ਨੂੰ ਫੜੇ ਜਾਂਦਾ ਤੇ 15 ਅਗਸਤ ਨੂੰ ਇਹਦੇ ਜਨਮ ਦਿਨ ਦੇ ਉੱਤੇ ਉੱਥੋਂ ਦਾ ਨਿਲ ਜਿਹੜਾ ਨਿਲ ਕੁਮਾਰ ਮੰਤਰੀ ਜਿਹੜਾ ਹੈਗਾ ਨਿਲ ਵਿੱਚ 51 ਲੱਖ ਦਾ ਉਹਦੇ ਚਰਨਾਂ ਤੇ ਮੱਥਾ ਟੇਕਦਾ, ਬਾਬਾ ਜੀ ਤੁਹਾਡੇ ਜਨਮ ਦਿਨ ਦੀ ਵਧਾਈ ਦੱਸੋ। ਇਸ ਕਰਕੇ ਜਿਹਦੇ ਬਾਬੇ ਦੇ ਚਰਨਾਂ ਤੇ 51 ਲੱਖ ਦਾ ਮੱਥਾ ਟੇਕਦੇ ਹੋ, 27 ਨੂੰ ਚਲੋ ਉਹ ਆ ਗਿਆ ਐਸ ਐਸ ਸਾਰੋ, ਉਦੋਂ ਐਕਟਿੰਗ ਚੀਫ ਜਸਟਿਸ ਸੀ ਹਾਈ ਕੋਰਟ ਦੇ, ਫਿਰ ਜਗਦੀਪ ਸਿੰਘ ਸੀ ਜੱਜ, ਉਹਨਾਂ ਨੇ ਆਪਣੇ ਹਿਸਾਬ ਨਾਲ ਸਜ਼ਾ ਸੁਣਾ ਦਿੱਤੀ, ਜੇਲ੍ਹ ਚਲਾ ਗਿਆ, ਅਜੇ ਵੀ ਕੇਸ ਉਹਦੇ ਪੈਂਡਿੰਗ ਹੋ ਗਏ ਆ,
ਤੇ ਜੇ ਕੱਲ ਨੂੰ ਪੈਟਰੋਲ ਮਿਲ ਜਾਂਦੀ ਹੈ ਤੇ ਕਈ ਪ੍ਰਕਾਰ ਦੇ ਹੋਰ ਵੀ ਸੰਕਟ ਪੈਦਾ ਕਰੂਗੇ ਤੇ ਸਰਕਾਰ ਖੁਦ ਸੰਕਟ ਪੈਦਾ ਕਰ ਰਹੀ ਹੈ ਜੀ। ਤੇ ਉਧਰ ਦੱਸੋ ਕਹਿੰਦੇ ਕਿ ਥਾਣੇਦਾਰ ਨੇ ਹੀ ਕਹਿੰਦੇ ਪ੍ਰਵਾਸੀ ਦੇ ਗੋਲੀ ਮਾਰਤੀ, ਕਿੱਥੇ ਚੰਦ ਚਾੜੇ ਜੀ ਨੇ? ਇਹ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦਾ ਕੰਮ ਹੀ ਹੈ ਜੀ। ਸਾਡੇ ਉਹ ਥਾਣੇਦਾਰ ਆ ਰਿਹਾ ਸੀ ਤੇ ਇੱਕ ਬੰਦਾ ਸੀ ਆਪਣਾ, ਉਹ ਦੁਬਈ ਰਹਿੰਦਾ ਸੀ, ਦੁਬਈ ਤੋਂ ਆ ਰਿਹਾ ਸੀ, ਆਪਣੀ ਕਾਰ ਤੇ ਆ ਰਿਹਾ ਸੀਗਾ। ਅੱਛਾ ਜੀ। ਥਾਣੇਦਾਰ ਨੂੰ ਪਤਾ ਨੀ ਕੀ ਛੱਕ ਪਿਆ ਕੀ ਨੀ ਪਿਆ, ਉਹਨੇ ਗੋਲੀ ਮਾਰੀ ਤੇ ਮੱਥੇ ਚ ਵੱਜ ਗਈ। ਗੋਲੀ ਦੂਰੋਂ ਵੱਜਣ ਕਰਕੇ ਬੰਦਾ ਤੇ ਵੱਜ ਗਿਆ, ਹਲਦੀ ਕੜੀ ਹੌਸਪੀਟਲ ਐਡਮਿਟ ਆ। ਲੇਕਿਨ ਉਹ ਕਹਿੰਦਾ ਜੀ ਮੈਂ ਆਪਣੀ ਸੁਰੱਖਿਆ ਵਾਸਤੇ ਮਾਰੀ ਹੈ। ਜਿਹੜਾ ਐਸ ਐਚ ਓ ਕਹਿੰਦਾ ਸੁਰੱਖਿਆ ਵਾਸਤੇ ਮਾਰੀ, ਵੀ ਸੁਰੱਖਿਆ ਵਾਸਤੇ ਮੈਨੂੰ ਪੈਰ ਚ ਮਾਰਦੇ, ਬਾਅਦ ਚ ਮਾਰਦੇ, ਸਿਰ ਚ ਮਾਰਨੀ, ਮੱਥੇ ਚ ਗੋਲੀ ਵੱਜੀ ਉਹਦੇ। ਲੇਕਿਨ ਦੂਰੋਂ ਵੱਜੀ ਹੋਣ ਕਰਕੇ ਉਹ ਫੱਟਣ ਤੇ ਜ਼ਰੂਰ ਰਿਹਾ, ਇਸ ਵੇਲੇ ਹੌਸਪੀਟਲ ਐਡਮਿਟ ਆ ਤੇ ਪੁਲਿਸ ਕਾਰਵਾਈ ਨਹੀਂ ਕਰ ਰਹੀ। ਹੋ ਸਕਦਾ ਕੱਲ ਨੂੰ ਉਹਦਾ ਵੀ ਕੋਈ ਧਰਨੇ ਧੁਨੇ ਲੱਗਣੇ ਸ਼ੁਰੂ ਹੋ ਜਾਣ, ਵੀ ਤੁਸੀਂ ਪੁਲਿਸ ਕਾਰਵਾਈ ਕੋਈ ਨਹੀਂ ਕਰ ਰਹੀ, ਪੁੱਛੋ ਨੂੰ ਕਿਉਂ ਗੋਲੀ ਮਾਰੀ ਜਾਂਦੇ। ਉਹ ਵੀ ਮੱਥੇ ਚ ਮਾਰੀ ਟਿਕਾ ਕੇ ਜੀ। ਦੱਸੋ ਇਹੋ ਜਿਹੇ ਤੇ ਹਾਲਾਤ ਦੇਖੋ, ਸਾਡੀ ਆਪਣੀ ਜਿਹੜੀ ਪੁਲਿਸ ਆ ਉਹ ਹੀ ਕੰਟਰੋਲ ਸੀ ਕਿ ਬਾਕੀ ਕਿਸੇ ਨੂੰ ਕੀ ਕਰਨਾ ਸੀ। ਤੇ ਆਪਾਂ ਜੇ ਥੋੜੀ ਜੀ ਤੁਸੀਂ ਗੱਲ ਰਾਣੋ ਦੀ ਵੀ ਕਰਦੇ ਹੋ, ਸਰਪੰਚ ਰਾਣੋ ਦੀ। ਸਰਪੰਚ ਰਾਣੋ ਦੀ ਵੇਖੋ ਜੀ, ਰਾਣੋ ਦੇ ਤੇ ਇਹ ਸਾਬਤ ਲਗਭਗ ਹੋ ਹੀ ਗਿਆ ਵੀ ਉਹਦੇ ਹੁਣ ਜਿਹੜੇ ਸੰਬੰਧ ਜਿਹੜੇ ਕਈ ਕਾਂਗਰਸਾਂ ਨਾਲ ਵੀ ਹੈਗੇ ਤੇ ਅਕਾਲੀਆਂ ਨੇ ਵੀ ਰਹੇ, ਚ ਕੋਈ ਦੋਰਾਵਾਂ ਨਹੀਂ ਹੈਗੀ। ਤੇ ਰਾਣੋ ਦੀ ਜੇ ਤੁਸੀਂ ਗੱਲ ਕਰਦੇ ਹੋ ਤੇ ਇਹਦੀ ਰਲ ਵੀ ਜਿਹੜੀ ਆ, ਇਹਦੇ ਜਿਹੜੇ ਪਿੰਡ ਦੇ ਲੋਕ ਆ ਉਹ ਇਹਨੂੰ ਰੱਬ ਮੰਨਦੇ ਅੱਜ ਵੀ। ਇੱਕ ਬੰਦੇ ਦੀ ਮੈਂ ਸੁਣ ਲਿਆ ਸੀ, ਉਹ ਕਹਿੰਦਾ ਜੀ ਇਹਨੇ ਮੇਰੇ ਪੋਤੇ ਨੂੰ ਵਿਦੇਸ਼ ਭੇਜਿਆ ਜੀ, ਇਹਦੇ ਕੋਲੇ ਪਿੰਡ ਦੇ ਵਿੱਚ ਇਹਦੇ ਕੋਲ ਕਦੀ ਵੀ ਕਿਸੇ ਨੇ ਕੋਈ ਇਹੋ ਜਿਹੀ ਗੱਲ ਨਹੀਂ ਸੀ ਵੀ ਇਹ ਕੋਈ ਮਾੜਾ ਕਰਮ ਕਰਦਾ ਹੋਊਗਾ ਜੀ। ਤੇ ਇਹਦੇ ਘਰ ਦੇ ਵਿੱਚ ਜੀ ਕਰੋੜਾਂ ਰੁਪਏ ਦੀ ਕੋਠੀ, ਮੇਰੇ ਖਿਆਲ ਬੜੀ ਵੱਡੀ ਕੋਠੀ ਬਣਾਈ ਉਹਨੇ ਆਪਣੀ। ਉਹ ਕਹਿੰਦੇ ਵੀ ਗੱਡੀਆਂ ਵੀ ਹੈਗੀਆਂ, ਸਭ ਕੁਛ ਹੈਗਾ ਤੇ DSP SSP ਇੱਕ ਨੇ ਤੇ ਪਰਮ ਰਾਜ ਉਮਰਾ ਨੰਗਲ ਦਾ ਨਾਂ ਲਿਆ ਜੀ, ਉਹ ਵੀ ਆ ਕੇ ਇਹਨੂੰ ਮਿਲਦਾ ਰਿਹਾ ਵਾ। ਜਦੋਂ ਪੈਸੇ ਹੋਣ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਕੀ ਨੀ ਹੋ ਸਕਦਾ। ਫਿਰ ਇਹ ਸਰਪੰਚ ਬਣਿਆ ਪਿੰਡ ਚ ਸਹਿਮਤੀ ਨਾਲ ਜੀ, ਤੇ ਪਿੰਡ ਵਾਲੇ ਕਹਿੰਦੇ ਆ ਵੀ ਇਹਨੇ ਹਰ ਘਰ ਦੇ ਅੱਗੇ ਤੱਕ ਪੱਕੀ ਸੜਕ ਤੇ ਪੱਕੀ ਨਾਲੀ ਬਣਾਤੀ ਤੇ 75 ਲੱਖ ਰੁਪਏ ਲਾਇਆ ਨੇ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ। ਹਾਂਜੀ, ਤੇ ਜੇ ਉਹ ਵਧੀਆ ਬੰਦਾ ਸੀ ਤੇ ਹੁਣ ਗੱਲਾਂ ਜੇ ਨਿਕਲ ਰਹੀਆਂ ਤੇ ਹੁਣ ਲੋਕ ਮੂੰਹ ਚ ਉਂਗਲਾ ਪਾਉਂਦੇ, ਹੋ ਕੀ ਰਿਹਾ, ਬਣ ਕੀ ਰਿਹਾ ਗੱਲ ਜੀ ਜੀ। ਫਿਰ ਉਹਦੇ ਕੋਲ ਬੌਸਰ ਸੀ ਆਪਣੇ, ਬਕਾਇਦਾ ਤੌਰ ਤੇ ਉਹਦੀ ਸਕੌਟ, ਇੱਕ ਜੀਪ ਅੱਗੇ ਚੱਲਦੀ ਸੀ, ਪਿੱਛੇ ਗੱਡੀ ਚੱਲਦੀ ਸੀ, ਪਿੱਛੇ ਗੱਡੀ ਕੋਲ ਚੱਲਦੀ ਸੀ ਜੀ, ਬੌਸਰ ਦੇ ਨਾਲ ਸੀਗੇ ਗਨ ਜਿਹੜੇ ਪ੍ਰਾਈਵੇਟ ਗਨਮੈਨ। ਤੇ ਉੱਥੋਂ ਦੇ SSP ਨੇ ਵੀ ਦੋ ਗਨਮੈਨ ਦਿੱਤੇ ਸ਼ਲੋਖੇ ਨੂੰ, ਉਹਨੂੰ ਜੇ ਪੁੱਛਿਆ SSP ਨੇ ਤੂੰ ਕਿਹੜੀ ਕਪੈਸਿਟੀ ਦਿੱਤੀ ਜੀ ਇਹਨੂੰ ਜੀ, ਉਹਦੇ ਕੋਲ ਕੋਈ ਜਵਾਬ ਨਹੀਂ ਗਾ। ਹੁਣ ਰਾਣੋ ਹੋਰੀ ਜਿਹੜੇ ਆ ਗਾਹ ਕਿਹਦਾ ਕਹਿੰਦਾ ਨਾਂ ਦਿੰਦੇ ਆ ਇਹ ਤਾਂ ਪਤਾ ਲੱਗ ਜੂ। ਲੇਕਿਨ ਹੁਣ ਇਹ ਆ ਵੀ ਸਰਕਾਰ ਨੇ ਕਹਿਤਾ ਵੀ ਜਿਹੜੇ ਜਿਹੜੇ ਕਾਂਗਰਸੀਆਂ ਤੇ ਅਕਾਲੀਆਂ ਦੇ ਨਾਲ ਇਹਦੇ ਸੰਬੰਧ ਰਹੇ, ਜਿਹਨਾਂ ਦੇ ਗਨਮੈਨ ਨਾਲ, ਉਹਨਾਂ ਦੀ ਸਿਕਿਉਰਿਟੀ ਵਾਪਸ ਲਓ ਜੀ। ਉਹ ਵਾਪਸ ਲੈਂਦੇ ਕਿ ਨਹੀਂ ਲੈਂਦੇ ਉਹ ਬਾਅਦ ਦੀ ਗੱਲ, ਲੇਕਿਨ ਕਮੇਟੀ ਬਣ ਕੇ ਜਿਹੜੀ ਆ ਉਹਦੇ ਉੱਤੇ ਹੁਣ ਪੂਰੀ ਜਾਂਚ ਹੋਏਗੀ ਵੀ ਕਿਹੜੇ ਕਿਹੜੇ ਹੋਰ ਲੀਡਰ ਦੇ ਸੰਬੰਧ ਰਹੇ ਆ ਜੀ, ਤੇ ਸੰਬੰਧ ਤੇ ਸਾਡੇ ਸੰਦੀਪ ਸੰਧੂ ਦੇ ਵੀ ਰਹੇ ਨਾਲ, ਉਹਦੇ ਗਨਮੈਨ ਨਾਲ ਤੁਰੇ ਫਿਰਦੇ ਰਹੇ ਜਾਂਦੇ, ਪਹਿਲੇ ਸਭ ਤੋਂ ਪਹਿਲਾਂ ਉਹਦੇ ਖਿਲਾਫ ਕਾਰਵਾਈ ਕਰੋ। ਬਿਲਕੁਲ, ਗੱਲ ਸੁਣੋ ਜੀ, ਇਹ ਤਾਂ ਸਾਰਿਆਂ ਦੇ ਸਕੇ ਹੁੰਦੇ ਆ, ਇਹਨਾਂ ਨੇ ਤਾਂ ਸਾਰਿਆਂ ਨਾਲ ਹੀ ਬਣਾ ਕੇ ਰੱਖਣੀ ਹੁੰਦੀ ਹੈ ਜੀ। ਇਹ ਜਿਹੜੇ ਲੋਕ ਆ ਨਾ ਜੀ, ਇਹ 2 ਨੰਬਰ ਦਾ ਕੰਮ ਕਰਦੇ ਜਿਹੜੀ, ਇਹ ਹਮੇਸ਼ਾ ਹੀ ਹੁੰਦਾ ਵੀ ਕਿਸੇ ਨੇ ਕਿਹਾ ਸੀ ਨਾ, ਉਹ ਕਹਿੰਦਾ ਜੀ ਤੂੰ ਕੋਈ ਬੰਦਾ ਸੀ ਉਹਨੇ ਆਪਣੇ ਕਿਸੇ ਪਾਰਟੀ ਸੀਗਾ ਜੀ, ਜਿੰਦਾਬਾਦ ਮੁਰਦਾਬਾਦ, ਜਦੋਂ ਦੂਜੀ ਪਾਰਟੀ ਹੈ ਕਿਤੇ ਮੁਰਦੇ ਜਿੰਦਾਬਾਦ ਕਰਨਾ, ਜਿੰਦਾਬਾਦ ਕਰਨਾ ਪਿਆ। ਉਹਨੂੰ ਕਿਸੇ ਸਿਆਣੇ ਬੰਦੇ ਨੇ ਕਿਹਾ ਤੂੰ ਦਲ ਬਦਲੂਗਾ, ਨਾ ਦਲ ਬਦਲੂਗਾ ਤੂੰ ਜੀ, ਮੈਂ ਦਲ ਬਦਲੂ ਨਹੀਂ, ਮੈਂ ਕੱਲ ਵੀ ਹਾਕਮ ਧਿਰਨਾ ਸੀ ਤੇ ਅੱਜ ਵੀ ਹਾਕਮ ਧਿਰਨਾ ਜੀ। ਮਿਹਰਬਾਨੀ ਜੀ ਪੱਟੀ ਸਾਹਿਬ, ਸ਼ੁਕਰੀਆ, ਧੰਨਵਾਦ ਤੁਹਾਡਾ। ਹਾਂਜੀ, ਸੋ ਇੱਕ ਬ੍ਰੇਕ ਲੈਣੇ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਨੇ ਜੁੜੇ ਰਹੋ ਰੇਡੀਓ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066, ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟ੍ਰੈਵਲ ਸੈਂਟਰ, 14814 ਐਲੋਨ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661-8-97-23-54। ਉਹ ਯਾਰ, ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ।
जी हाँ, ड्रीमलाइनर एक्सप्रेस कंपनी कैलगरी अल्बर्टा कैनेडा, जिन्हां नूं साफ सुथरे रिकॉर्ड ते 2 साला तजर्बे वाले ड्राइवर दी लोड़ है। इन्हां कोल कैलगरी अल्बर्टा तो कैलिफोर्निया ते एरिजोना दे सिद्धे रन है। इन्हां कोल ड्राई ते रीफर लोड भी है। होम रिटर्न विद इन 5 डेज, बाई वीकली ते चंगी तनखा दिंदे आ। और हाँ, सिंगल ते टीम्स दोनों नूं हायर करदे ने। वधेरे जानकारी लई कॉल 403-404-9501 Dreamliner Express Company, Calgary, Alberta, Canada। बठिंडा दी ग्रीन सिटी दी अपार सफलता तो बाद हुन पेश है कन्हैया ग्रीन सिटी, जिथे सिक्योरिटी दे पुख्ता प्रबंध, खुलियां सड़कां, हरा भरा वातावरण, बिजली दियां अंडरग्राउंड तारां अते खूबसूरत फुल पौधे, लैंडस्केपिंग अते निर्माण कार्य चल रहे ने तेजी नाल। इस तो पहला कि सारे प्लाट बुक हो जान, संपर्क करो 855-600-2064 अते 85560-0-71। JB ट्रक रिपेयर, यूपा सिटी, सर्टिफाइड क्यूमिंस, डेट्रॉइट फ्रेट लाइनर, वेस्टर्न स्टार, वॉल्वो, कैटरपिलर अते सीरीज 60 इंजन्स, इंटरनेशनल अते ऑटोमेटिक ट्रांसमिशंस, 5 साल दा फ्रेट लाइन डीलरशिप दा एक्सपीरियंस, ए इंजन, ट्रक, ट्रेलर, AC, इलेक्ट्रिकल, DPF, DEF रिपेयर करदे हन, ट्रांसमिशन, रियर एंड, ब्रेक्स, ऑयल चेंज कर देंदे हन, सर्टिफाइड 90-डे DOT इंस्पेक्शन अते सर्टिफाइड एनुअल फेडरल DOT इंस्पेक्शन करते हैं, 100 माइल दे रेडियस विच रोड असिस्टेंस 24/7, नवे कस्टमर्स लई 10% डिस्काउंट, हफ्ते दे 7 दिन सवेरे 7 तो शामी 7 बजे तक खुले रहंदे हैं। होर जानकारी लई कॉल जगरूप बॉयल 916-696-0634 या जगराज बल 530-339-15। एड्रेस 3894 रेल रोड एवेन्यू, यूबा सिटी। इत्थे हुण ट्रकां दे यूज्ड ते ब्रांड न्यू टायर भी मिलदे हैं। जसी आ की असि पहुंच भी गए, तुसी हले तैयार नहीं होए, जाना नहीं जसमीत होरां दी पार्टी च? तैयार की होवां, प्रीत दे पापा ता आए नहीं। क्यों, की हो गया? होना की आ, ओना नूं ता अपने प्यारे ट्रक दियां समस्यावां तो ही वेल नहीं मिलदी, घरे ता आउणा नहीं, जदों देखो खराब ही रहिंदा। अकाल ट्रक एंड ट्रेलर कनेडा वालां दा नहीं पता होना ओनू, तां ही इन्ना टाइम वेस्ट करदा हो। ओनू अज ही कह के अकाल ट्रक ते ट्रेलर वालां दे जा ते अपने ट्रक नूं 9x9 बना। जी हाँ, अकाल ट्रक एंड ट्रेलर सेंटर विनिपेग कैनेडा, जेडे हर तरह दी मेजर ते माइनर ट्रक एंड ट्रेलर रिपेयर कर दी है, DOT सेफ्टी इंस्पेक्शंस कर दी है, ए हर तरह दी ब्रेका दे काम तो लेके सस्पेंशन, टायर इंस्टॉलेशन, इलेक्ट्रिक एंड डायग्नोस, रीबिल्ड ट्रांसमिशन, डिफरेंशियल ते क्लच जॉब्स, ऑयल चेंज, हर एक काम बड़ी तसल्ली नाल कर दे है जी। ए MPI अप्रूव्ड ने, और हाँ, ए सीजनल सर्विसेज भी प्रोवाइड कर दे है, 24 घंटे 7 दिन दी सर्विसेज लई, ते वधेरे जानकारी लई कॉल करो 204-409-2000 या फिर कॉल करो 204-770-0460। बेकर्सफील्ड विखे यूनियन अते प्लांस रोड दे कॉर्नर ते खुल गया है नवा ट्रक स्टॉप यूनियन विलेज, जिथे मिलदा है वधिया गैस अते बिना बायोडीजल दे वधिया ते सस्ता डीजल, हर तरह दी ग्रोसरी, चाइनीज अते इंडियन रेस्टोरेंट, जिथे मिलेगा वधिया खाना, 2 परौंठे सिर्फ 4.99 च, ट्रक ड्राइवर वीरा लई 2 GO अते बैठ के खान लई वधिया जगह, नवे अते पुराने टायरा लई अते ट्रकां दी माइनर रिपेयर लई अज ही कॉल करो सुखी कुम्मण 6618858 6618885 एड्रेस 2201 साउथ यूनियन एवेन्यू बेकर्सफील्ड कैलिफोर्निया 93307 यूनियन विलेज।